ਵਿੱਚ ਗੱਲ ਕਰਾਂਗੇ ਪੰਜਾਬ ਦੇ ਅੰਦਰ ਨਸ਼ਿਆਂ ਦੀ ਸਮੱਸਿਆ ਦੇ ਉੱਤੇ, ਕਿਉਂਕਿ ਲਗਾਤਾਰ ਪੰਜਾਬ ਅੰਦਰ ਇਹ ਸਮੱਸਿਆ ਜਿਹੜੀ ਹੈ ਇਹ ਵੱਧਦੀ ਜਾ ਰਹੀ ਹੈ, ਔਰ ਰੋਜ਼ ਖਬਰਾਂ ਆ ਰਹੀਆਂ ਜੋ ਨੌਜਵਾਨਾਂ ਦੇ ਮਰਨ ਦੀਆਂ, ਔਰ ਖਾਸ ਕਰਕੇ ਜਿਹੜਾ ਹੈਗਾ ਹੁਣ ਤਾਂ ਇਹ ਹਾਲਾਤ ਬਣ ਗਏ ਹੈ ਕਿ ਸਰਕਾਰ ਜਦੋਂ ਕੁਝ ਨਹੀਂ ਕਰ ਰਹੀ ਜਾਂ ਸਰਕਾਰ ਤੋਂ ਲੋਕਾਂ ਨੂੰ ਉਮੀਦ ਜਿਹੜੀ ਉਹ ਨਹੀਂ ਲੱਗ ਰਹੀ ਤਾਂ ਲੋਕ ਆਪ ਉੱਠ ਖੜ੍ਹੇ ਹੈ, ਔਰ ਜਿਵੇਂ ਯੂਪੀ ਜਾਂ ਹੋਰ ਸੂਬਿਆਂ ਦੇ ਅੰਦਰ ਗਊ ਰੱਖਿਅਕ ਜਿਹੜੇ ਹੈਗੇ ਆ ਉਹ ਜਿਵੇਂ ਹਜੂਮ ਜਾਂ ਜਿਹੜੇ ਵੱਡੀ ਗਿਣਤੀ ਲੋਕ ਇਕੱਠੇ ਹੁੰਦੇ ਆ, ਭੀੜ ਤੰਤਰ ਇਕੱਠਾ ਹੁੰਦਾ ਔਰ ਲੋਕਾਂ ਨਾਲ ਕੁੱਟਮਾਰ ਕਰਦਾ, ਪੰਜਾਬ 'ਚ ਨਸ਼ੇ ਦੇ ਨਾਂ 'ਤੇ ਵੀ ਇਹੀ ਕੰਮ ਸ਼ੁਰੂ ਹੋ ਗਿਆ। ਅਸੀਂ ਗੱਲ ਕਰਾਂਗੇ ਵੀ ਇਹ ਸਾਰਾ ਕੁਝ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਵੇਗਾ। ਇਸ ਗੱਲਬਾਤ ਲਈ ਮੇਰੇ ਨਾਲ ਨੇ ਅੱਜ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਕਿ ਟਕਸਾਲੀ ਅਕਾਲੀ ਦਲ ਦੇ ਆਗੂ ਨੇ, ਔਰ ਉਹਨਾਂ ਦੇ ਦਫ਼ਤਰੀ ਬੁਲਾਰੇ ਵੀ ਨੇ। ਤੁਹਾਡਾ ਸਵਾਗਤ ਹੈ ਜੀ ਮੁਹੰਮਦ ਸਾਹਿਬ। ਔਰ ਇਹਨਾਂ ਤੋਂ ਇਲਾਵਾ ਪੀਰ ਮੁਹੰਮਦ ਇਹਨਾਂ ਦਾ ਪਿੰਡ ਹੈ ਜੀ, ਮੈਂ ਤੁਹਾਨੂੰ ਦੱਸਦਾ ਪਹਿਲਾਂ ਸਭ ਤੋਂ, ਕਈ ਵਾਰ ਇਹ ਹੁੰਦਾ ਵੀ ਪੀਰ ਮੁਹੰਮਦ ਕੀ ਹੈ। ਕਰਨੈਲ ਸਿੰਘ ਪੀਰ ਮੁਹੰਮਦ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਸਿੱਖ ਰਾਜਨੀਤੀ ਦੇ ਨਾਲ ਜੁੜੇ ਹੋਏ ਆ। ਆਮ ਤੌਰ 'ਤੇ ਜਿਸ ਤਰ੍ਹਾਂ ਦੇ ਕਰਨੈਲ ਸਿੰਘ ਪੀਰ ਮੁਹੰਮਦ ਬਾਰੇ ਜੇ ਗੱਲ ਕਰੀਏ ਤਾਂ ਇਹ ਖੜਕੂਵਾਦ ਦੇ ਜ਼ਮਾਨੇ ਸਿੱਖ ਰਾਜਨੀਤੀ ਵਿੱਚ ਆਏ ਸੀ, ਔਰ ਉਸ ਤੋਂ ਬਾਅਦ ਹੁਣ ਜਿਹੜੀ ਹੈਗੀ ਆ ਜਿਹੜੀ ਮੇਨ ਸਟ੍ਰੀਮ ਜਿਹਨੂੰ ਰਾਜਨੀਤੀ ਅਸੀਂ ਕਹਿੰਦੇ ਹਾਂ ਉਹਦੇ ਨਾਲ ਜੁੜੇ ਹੋਏ ਆ। ਔਰ ਇਹਨਾਂ ਦੇ ਨਾਲ ਨੇ ਹੁਣੇ ਪਿੱਛੇ ਜੇ ਸੇਵਾ ਮੁਕਤ ਹੋਏ ਆ IAS SR ਲੱਦੜ ਜੀ, ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ। ਅਸੀਂ ਲੱਦੜ ਸਾਹਿਬ ਤੋਂ ਜਿਹੜੇ ਇਹਦੇ ਰਾਜਨੀਤੀ ਜਿਹੜੀ ਹੈਗੀ ਹੈ, ਕਿਉਂਕਿ ਰਾਜਨੀਤੀ ਦੇ ਵਿੱਚ ਲੰਬਾ ਸਮਾਂ ਜਿਹੜੇ ਹੈਗੇ ਆ ਇਹ ਸੇਵਾ 'ਚ ਰਹੇ IAS ਦੇ ਤੌਰ 'ਤੇ, ਵੀ ਇਹ ਕਿਉਂ ਨਹੀਂ ਮਤਲਬ ਸਮੱਸਿਆ ਦਾ ਹੱਲ ਹੋ ਰਿਹਾ, ਸਰਕਾਰਾਂ ਕਿਉਂ ਨਹੀਂ ਕਰ ਰਹੀਆਂ, ਪਿਛਲੀ ਸਰਕਾਰ ਵੀ ਕਿਉਂ ਫੇਲ ਰਹੀ ਹੈ, ਮੌਜੂਦਾ ਸਰਕਾਰ ਵੀ ਜਿਹੜੀ ਹੈਗੀ ਹੈ ਉਹ ਕਾਮਯਾਬ ਕਿਉਂ ਨਹੀਂ ਹੋ ਰਹੀ। ਸਭ ਤੋਂ ਪਹਿਲਾਂ ਮੈਂ ਪੀਰ ਮੁਹੰਮਦ ਜੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਇਸ ਵੇਲੇ ਜਿਹੜੀ ਸਥਿਤੀ ਬਣਦੀ ਪੰਜਾਬ ਦੇ ਅੰਦਰ, ਜਿਸ ਤਰ੍ਹਾਂ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਵੀਡੀਓ ਜਿਹੜੇ ਹੈਗੇ ਉਹ ਸਾਹਮਣੇ ਆ ਰਹੇ ਆ, ਕਿਤੇ ਲੋਕ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਘਰਾਂ ਨੂੰ ਜਿੰਦੇ ਲਾ ਰਹੇ ਆ, ਕਿਤੇ ਉਹਨਾਂ ਨਾਲ ਕੁੱਟਮਾਰ ਕਰ ਰਹੇ ਆ, ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ੱਕ ਦੀ ਜੇ ਬਣਾ 'ਤੇ ਵੀ ਕਈ ਵਾਰ ਕਈਆਂ ਨਾਲ ਕੁੱਟਮਾਰ ਹੋਈ ਹੈ, ਜਿਵੇਂ ਕਿ ਗਊ ਰੱਖਿਆ ਦੇ ਮਾਮਲਿਆਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਫੜ ਕੇ ਹਜੂਮ ਕੁੱਟਮਾਰ ਕਰ ਰਿਹਾ ਔਰ ਮਾਰ ਦਿੰਦਾ ਆ। ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਬਣ ਰਹੇ ਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਦੇਖੋ ਜੀ, ਜਿਹੜੇ ਇਹ ਫਰਜ਼ ਨੇ ਇਹ ਸਾਰੇ ਫਰਜ਼ ਨੇ ਸਰਕਾਰ ਦੇ ਜੀ। ਸਰਕਾਰ ਜਿਹੜੀ ਹੈ ਕਿ ਜਿਹਨੂੰ ਆਪਾਂ ਕਹਿੰਦੇ ਗੌਰਮੈਂਟ, ਕਿ ਮਿੰਟ ਮਿੰਟ ਦੇ ਉੱਤੇ ਗੌਰ ਕਰਨੀ ਕਿ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਜੀ। ਲੇਕਿਨ ਜੋ ਪਿਛਲੇ ਸਮੇਂ ਤੋਂ ਹਾਲਾਤ ਚੱਲ ਰਹੇ ਨੇ ਨਸ਼ਿਆਂ ਨੂੰ ਲੈ ਕੇ, ਨਸ਼ਿਆਂ ਦਾ ਪ੍ਰਕੋਪ ਜਿਹੜਾ ਹੈ ਉਸਨੇ ਸਾਡੀ ਜਵਾਨੀ ਨੂੰ ਖਾ ਲਿਆ, ਅਤੇ ਬੁਢੇਪਾ ਜਿਹੜਾ ਹੈ ਉਹ ਵੈਸੇ ਹੀ ਤਰਸਯੋਗ ਹਾਲਤ ਦੇ ਵਿੱਚ ਗੁਜ਼ਰ ਰਿਹਾ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਨਸ਼ਿਆਂ ਦੀ ਬਹੁਤਾਤ ਹੈ, ਉਸ ਦੇ ਉੱਤੇ STF ਬਣ ਰਹੀ ਹੈ, ਉਸ ਦੇ ਉੱਪਰ ਪ੍ਰਸ਼ਾਸਨ ਵੱਲੋਂ ਰੋਜ਼ ਨਵੇਂ ਦਾਅਵੇ ਕੀਤੇ ਜਾਂਦੇ ਆ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਆ ਕੇ ਰੋਜ਼ ਬਿਆਨਬਾਜ਼ੀ ਕਰਨੀ ਪੈਂਦੀ, ਇੱਥੋਂ ਤੱਕ ਕਿ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾ ਕੇ ਪੰਜਾਬ ਵਾਸੀਆਂ ਨੂੰ ਭਰੋਸਾ ਦੇਣਾ ਪੈਂਦਾ ਕਿ ਜੇ ਮੈਨੂੰ ਤੁਸੀਂ ਸੱਤਾ ਵਿੱਚ ਲੈ ਆਏ ਤਾਂ ਮੈਂ ਕੁਝ ਹੀ ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਖਤਮ ਕਰ ਦਿਆਂਗਾ। ਪਰ ਉਸ ਤੋਂ ਬਾਅਦ 2.5 ਸਾਲ ਗੁਜ਼ਰ ਜਾਂਦੇ ਨੇ ਤਾਂ ਹਾਲਾਤ ਦਿਨ ਬ ਦਿਨ ਵਿਗੜਦੇ ਜਾਂਦੇ ਆ, ਔਰ ਪੁਲਿਸ ਅਤੇ ਦੇ ਵਿੱਚ ਵੀ ਲੌਬਿੰਗ ਹੋ ਜਾਂਦੀ ਇਸ ਨੂੰ ਲੈ ਕੇ ਕਿ ਦੋ ਧੜੇ ਬਣ ਜਾਂਦੇ ਆ ਪੁਲਿਸ ਦੇ, ਤੋ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਬਿਆਨਬਾਜ਼ੀ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹਨਾਂ ਹਾਲਾਤਾਂ ਨੂੰ ਲੈ ਕੇ ਹੁਣ ਜਦੋਂ ਲਗਾਤਾਰ ਖਬਰਾਂ ਆ ਰਹੀਆਂ ਨੇ, ਤੁਸੀਂ ਦਿਨ ਜਦੋਂ ਅਖਬਾਰ ਪੜ੍ਹਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਹੈ ਕਿ ਓਵਰਡੋਜ਼ ਹੋ ਕੇ ਨੌਜਵਾਨ ਮਾਰਿਆ ਗਿਆ, ਮਰ ਗਿਆ, ਉਹਨੇ ਨਸ਼ਾ ਲਿਆ ਸੀ। ਔਰ ਹੁਣ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਇੰਨੀਆਂ ਕੁ ਵੱਧ ਗਈਆਂ ਤਾਂ ਉਸ ਤੋਂ ਬਾਅਦ ਲੋਕਾਂ ਨੇ ਜਦੋਂ ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਬੋਰਡਾਂ ਦੇ ਉੱਪਰ ਜਿਵੇਂ ਸਾਈਨ ਬੋਰਡ ਹੁੰਦੇ ਆ ਉਹ ਲਗਾ ਕੇ ਪਿੰਡਾਂ ਦੇ ਵਿੱਚੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਹ ਸਾਡੇ ਪਿੰਡ ਦੇ ਵਿੱਚ ਇੱਕ ਲਿਸਟ ਹੈ, ਇਸ ਲਿਸਟ ਦੇ ਵਿੱਚ ਆ ਇੰਨੇ ਲੋਕ ਜਿਹੜੇ ਆ ਉਹ ਨਸ਼ਾ ਵੇਚਦੇ ਨੇ ਅਤੇ ਇਹਨਾਂ ਨੂੰ ਪ੍ਰਸ਼ਾਸਨ ਜਿਹੜਾ ਫੜਨ ਦੇ ਵਿੱਚ ਨਾਕਾਮ ਹੈ। ਤਾਂ ਉਸ ਤੋਂ ਬਾਅਦ ਹੁਣ ਲੋਕਾਂ ਨੇ ਜਦੋਂ ਬਿਲਕੁਲ ਬੇਵੱਸ ਹੋ ਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਤਾਂ ਇਹ ਮੈਂ ਮਹਿਸੂਸ ਕਰਦਾ ਕਿ ਇਹ ਵੀ ਇੱਕ ਬੜਾ ਮੰਦਭਾਗਾ ਦੌਰ ਚੱਲ ਪਿਆ ਹੈ, ਕਿਉਂਕਿ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹ ਆਮ ਲੋਕਾਂ ਦੇ ਹੱਥ ਵਿੱਚ ਜਦੋਂ ਆ ਜਾਵੇ ਤਾਂ ਉਹਦੇ ਵਿੱਚ ਜਿਹੜੇ ਮਾੜੇ ਅਨਸਰ ਹੁੰਦੇ ਨੇ ਕਈ ਵਾਰੀ ਉਹ ਇਸ ਦਾ ਨਜਾਇਜ਼ ਫਾਇਦਾ ਵੀ ਉਠਾ ਜਾਂਦੇ ਆ। ਤੁਸੀਂ ਦੇਖੋ ਕਿ ਦੇਸ਼ ਵਿਆਪਕ ਜਿਹੜੀ ਇੱਕ ਘਟਨਾਵਾਂ ਚੱਲਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਭੀੜ ਤੰਤਰ
ਦਾ ਜਿਹੜਾ ਕੋਈ ਵੀ ਨਹੀਂ ਗਾ ਹੁੰਦਾ ਰੁੱਖ ਕਿ ਉਹਨੇ ਕੀ ਕਰ ਦੇਣਾ। ਤਾਂ ਤੁਸੀਂ ਇਹ ਦੇਖੋ ਕਿ ਕਈ ਲੋਕਾਂ ਨੂੰ ਕੀ ਉਹ ਜੀ ਬੱਚੇ ਚੁੱਕਣ ਦੇ ਬਹਾਨੇ ਜਾਂ ਕੋਈ ਹੋਰ ਗੱਲ ਦੇ ਕਰਕੇ ਇੰਨੀ ਕੁ ਕੁੱਟਮਾਰ ਕਰ ਦਿੱਤੀ ਜਾਂਦੀ ਕਿ ਆਮ ਲੋਕ ਉਹਦੇ ਵਿੱਚ ਮਾਰ ਦਿੱਤੇ ਜਾਂਦੇ ਆ। ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਦੁਖਦਾਈ ਪਹਿਲੂ ਹੈ, ਤਾਂ ਇਹ ਹੁਣ ਜਦੋਂ ਵਾਪਰਨਾ ਸ਼ੁਰੂ ਹੋ ਗਿਆ ਤਾਂ ਇਸ ਦੇ ਉੱਤੇ ਜਿਹੜਾ ਸਰਕਾਰ ਨੂੰ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ ਔਰ ਇਹਦਾ ਆਤਮ ਮੰਥਨ ਕਰਨ ਦੀ ਲੋੜ ਹੈ ਕਿ ਇੱਥੋਂ ਤੱਕ ਫਿਰ ਸਰਕਾਰ ਦੀ ਲੋੜ ਕੀ ਰਹਿ ਗਈ। ਜਿਹੜੇ ਕੰਮ ਸਰਕਾਰ ਨੇ ਕਰਨੇ ਨੇ ਉਹ ਆਮ ਲੋਕਾਂ ਨੇ ਕਰ ਦਿੱਤੇ ਤੇ ਫਰਕ। ਅਸੀਂ ਇਹਦੇ ਤੇ ਪੀਰ ਮੁਹੰਮਦ ਜੀ ਆਵਾਂਗੇ ਕਿ ਸਰਕਾਰ ਇਸ ਮਾਮਲੇ ਫੇਲ ਕਿਉਂ ਹੋ ਰਹੀ ਹੈ। ਮੈਂ ਥੋੜ੍ਹਾ ਜਿਹਾ ਇਹਦੇ ਲਈ, ਕਿਉਂਕਿ ਪ੍ਰਸ਼ਾਸਨਿਕ ਤੌਰ 'ਤੇ ਜੇ ਜਾਣਕਾਰੀ ਲੈਣੀ ਹੋਵੇ ਵੀ ਸਰਕਾਰ ਕਿਉਂ ਫੇਲ ਹੋ ਰਹੀ ਹੈ, ਤਾਂ ਲੱਦੜ ਸਾਹਿਬ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ ਹੋਏ ਆ, ਇਹਨਾਂ ਕੋਲ ਇਸ ਤਰ੍ਹਾਂ ਦੇ ਤਜਰਬੇ ਹੋਣਗੇ। ਲੱਦੜ ਸਾਹਿਬ ਇਹ ਦੱਸੋ ਵੀ ਸਰਕਾਰ ਕਿਸ ਤਰ੍ਹਾਂ ਇਹੋ ਜਿਹੇ ਮਾਮਲੇ ਨਾਲ ਨਜਿੱਠਦੀ ਹੈ ਔਰ ਅਸਫਲ ਕਿਉਂ ਰਹਿੰਦੀ ਸਰਕਾਰ? ਮਦਨ ਦੇਵ ਜੀ, ਜਿਹੜੇ ਨਸ਼ਿਆਂ ਦੀ ਸਮੱਸਿਆ, ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਕਿ ਇਹ ਕੋਈ ਪੰਜਾਬ ਤੱਕ ਸੀਮਿਤ ਨਹੀਂ ਹੈ ਜੀ। ਨਸ਼ਿਆਂ ਦੀ ਸਮੱਸਿਆ ਜਿਹੜੀ ਹੈਗੀ ਆ ਇਹ ਹਰ ਦੇਸ਼ ਦੇ ਵਿੱਚ ਹੈ, ਕਿਤੇ ਜ਼ਿਆਦਾ ਆ ਅਤੇ ਕਿਤੇ ਘੱਟ ਹੈ। ਜਿਹੜੇ ਡਿਵੈਲਪ ਕੰਟਰੀ ਆ, ਕੈਨੇਡਾ ਵਰਗੇ ਰਾਜ ਜਿਹੜੇ ਸਟੇ ਆਪਣੇ ਕੰਟਰੀ ਹੈਗੇ, ਉਹਨਾਂ ਦੇ ਵਿੱਚ ਵੀ ਇਹ ਸਮੱਸਿਆ ਬੜੀ ਗੰਭੀਰ ਹੈ। ਅਮੈਰੀਕਾ ਦੇ ਵਿੱਚ ਵੀ ਹੈ, ਨੌਜਵਾਨ ਹਰ ਦੇਸ਼ ਦੇ ਵਿੱਚ ਹੀ ਨਸ਼ਿਆਂ ਤੋਂ ਗ੍ਰਸਤ ਹੈ, ਪਰ ਪੰਜਾਬ ਦੇ ਵਿੱਚ ਇਹ ਇੱਕ ਬੜੀ ਮੰਦਭਾਗੀ ਹਾਲਾਤ ਹੈ ਕਿ ਇੱਥੇ ਸਾਡੇ ਸਾਨੂੰ ਸਪੈਸ਼ਲ ਜਿਹੜਾ ਵਿਰਸਾ ਮਿਲਿਆ ਹੈਗਾ ਦਸ ਗੁਰੂ ਸਾਹਿਬਾਨ ਦਾ, ਉਹ ਖਾਸ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਨੇ ਬੜੀ ਸਖਤੀ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਫੋਲੋਅਰ ਸੀਗੇ ਉਹਨਾਂ ਨੂੰ ਮਨ੍ਹਾ ਕੀਤਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਆ, ਔਰ ਜਿਹੜੇ ਸੱਚੇ ਸਿੰਘ ਹੈ ਉਹ ਨਸ਼ਿਆਂ ਤੋਂ ਦੂਰ ਵੀ ਰਹਿੰਦੇ ਹੈ। ਪਰ ਇਹ ਇੱਕ ਬੜੀ ਵੱਡੀ ਬਦਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਇੱਕ ਲਗਭਗ ਸਿੱਖ ਰਾਜ ਹੈ ਅਤੇ ਇੱਥੇ ਵੀ ਜਿਹੜਾ ਨਸ਼ਿਆਂ ਦੀ ਜਿਹੜੀ ਚੱਲਣ ਹੈ ਇਹ ਆਪਣਾ ਰਾਜਨੀਤਿਕ ਲੋਕ ਅਤੇ ਪੁਲਿਸ ਵਿਭਾਗ ਖਾਸ ਕਰਕੇ ਇਹ ਲੋਕੀ ਹੀ ਜ਼ਿੰਮੇਵਾਰ ਹੈ। ਇਕੱਲਾ ਪੁਲਿਸ ਨੂੰ ਦੇਣਾ ਦੋਸ਼ ਦੇਣਾ ਜਾਂ ਇਕੱਲਾ ਰਾਜਨੀਤਿਕ ਲੋਕਾਂ ਨੂੰ ਦੋਸ਼ ਦੇਣਾ ਮੈਂ ਸਮਝਦਾ ਠੀਕ ਨਹੀਂ ਹੈ। ਇਹ ਦੋਨਾਂ ਦੀ ਮਿਲੀ ਭੁਗਤ ਤੋਂ ਬਗੈਰ ਨਸ਼ੇ ਚੱਲ ਹੀ ਨਹੀਂ ਸਕਦੇ। ਜਿਹੜੇ ਆਪਣਾ ਮਤਲਬ ਕਈ ਵਾਰੀ ਅਖਬਾਰਾਂ ਵਗੈਰਾ ਦੇ ਵਿੱਚ ਬੜੇ ਅੱਛੇ ਇਸ ਸੰਬੰਧੀ ਨਸ਼ਿਆਂ ਬਾਰੇ ਲਿਖਿਆ ਹੁੰਦਾ ਹੈਗਾ। ਪਿੱਛੇ ਜੇ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਇਹ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਹੜਾ ਚਿੱਟਾ ਆ, ਜਿਹੜਾ ਕਿ ਚਿੱਟਾ ਬੜਾ ਪਾਪੂਲਰ ਹੈ, ਬੜੇ ਕੇਸ ਚੱਲਦੇ ਆ, ਬੜੀਆਂ ਅਰੈਸਟ ਵਗੈਰਾ ਵੀ ਹੋਈਆਂ, ਕਿ ਚਿੱਟਾ ਅੱਜ ਦੇ ਦਿਨ ਦੇ ਵਿੱਚ ਇੱਕ ਇਲੈਕਸ਼ਨ ਕਰੰਸੀ ਬਣ ਗਿਆ ਹੈ, ਕਿ ਚਿੱਟਾ ਜਦੋਂ ਵੇਚਿਆ ਜਾਂਦਾ ਹੈਗਾ ਤਾਂ ਇਹ ਲੱਖਾਂ ਨਹੀਂ ਕਰੋੜਾਂ ਰੁਪਏ ਦੇ ਵਿੱਚ ਛੋਟੀ ਛੋਟੀ ਇਹਦੀ ਜਿਹੜੀ ਕੁਆਂਟਿਟੀ ਹੈ ਉਹਦਾ ਜਿਹੜਾ ਉਹਦਾ ਮੁੱਲ ਹੈ ਉਹ ਦੇਖਣ ਸੁਣਨ ਨੂੰ ਮਿਲਦਾ ਹੈਗਾ। ਇਹ ਜਿੱਥੇ ਉਹ ਜਿਹੜੇ ਲੋਕੀ ਨਸ਼ੇ ਦੇ ਵਿੱਚ ਗ੍ਰਸਤ ਹੈ, ਜਿੱਥੇ ਉਹਨਾਂ ਨੂੰ ਇੱਕ ਕਿਸਮ ਦੀ ਅਟਰੈਕਸ਼ਨ ਹੈ ਕਿ ਥੋੜ੍ਹਾ ਜਿਹਾ ਨਸ਼ਾ ਵੇਚ ਕੇ ਬਹੁਤ ਸਾਰਾ ਵੱਡਾ ਧਨ ਕਮਾਇਆ ਜਾ ਸਕਦਾ, ਉੱਥੇ ਕਈਆਂ ਨੂੰ ਜਿਹੜੇ ਪੁਲਿਸ ਕਰਮਚਾਰੀ ਹੈ ਜਾਂ ਅਫਸਰ ਹੈ ਜਾਂ ਕਈ ਰਾਜਨੀਤਿਕ ਲੋਕ ਹੈ ਉਹਨਾਂ ਲੋਕਾਂ ਨੂੰ ਜਾਂ ਜਿਹੜੇ ਲੋਕੀ ਇਹਦੇ ਨਾਲ ਕਨੈਕਟਡ ਹੈ ਉਹਨਾਂ ਲੋਕਾਂ ਲਈ ਇਹ ਇੱਕ ਬੜੀ ਵੱਡੀ ਅਟਰੈਕਸ਼ਨ ਹੈ ਕਿ ਥੋੜ੍ਹਾ ਜਿਹਾ ਇਹ ਤਾਂ ਆਪਣਾ ਕਹਿ ਲਓ ਕਿ ਸੋਨੇ ਤੋਂ ਵੀ ਵੱਧ ਮਹਿੰਗਾ ਆ, ਤਾਂ ਇਹਦਾ ਆਪਣਾ ਜਿਹੜਾ ਨੁਕਸਾਨ ਹੈ ਇਹ ਆਪਣਾ ਬਹੁਤ ਵੱਡਾ ਆ। ਲੇਕਿਨ ਇਹਨੂੰ ਜਿਹੜਾ ਹੈਗਾ ਆ ਜੇ ਕੰਟਰੋਲ ਕਰਨਾ ਹੈਗਾ ਤਾਂ ਸਾਨੂੰ ਸਮਾਜ ਨੂੰ ਵੀ ਅਤੇ ਪ੍ਰਸ਼ਾਸਨ ਨੂੰ ਵੀ ਅਤੇ ਬਿਲਕੁਲ ਠੀਕ ਹੈ। 10 ਤੋਂ 12 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਕਾਰੋਬਾਰ ਹੈ ਨਸ਼ੇ ਦਾ ਪੰਜਾਬ ਦੇ ਅੰਦਰ, ਇਕੱਲੇ ਪੰਜਾਬ ਦੇ ਅੰਦਰ, ਔਰ ਇਹ ਬਹੁਤ ਵੱਡਾ ਕਾਰੋਬਾਰ ਹੈ। ਗੱਲ ਤੁਸੀਂ ਆਚਰਨ ਦੀ ਕੀਤੀ, ਅਸੀਂ ਇਹਦੀ 'ਤੇ ਵੀ ਗੱਲ ਕਰਾਂਗੇ ਕਿਉਂਕਿ ਸਿੱਖੀ ਸਿਧਾਂਤਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪੀਰ ਮੁਹੰਮਦ ਜੀ। ਜਿਹੜੀ ਗੱਲ ਲੱਦਰ ਸਾਹਿਬ ਨੇ ਆਚਰਨ ਦੀ ਕੀਤੀ ਹੈ ਕਿ 10 ਗੁਰੂਆਂ ਨੇ ਜਿਹੜਾ ਸਾਨੂੰ ਆਚਰਨ ਦੀ ਦਿਸ਼ਾ ਦਿੱਤੀ ਸੀ, ਉਹਦੇ ਤੋਂ ਅਸੀਂ ਭਟਕ ਕਿਵੇਂ ਗਏ? ਦੇਖੋ, ਲੱਦੜ ਸਾਹਿਬ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਉਹ ਬਿਆਨ ਕੀਤਾ ਕਿ ਇਹ ਜਿਹੜਾ ਨਸ਼ਾ ਹੈ ਇਹਦਾ ਪ੍ਰਕੋਪ ਤਾਂ ਬੜੀ ਦੇਰ ਤੋਂ, ਲੰਮੇ ਸਮੇਂ ਤੋਂ, ਰਾਜਿਆਂ ਮਹਾਰਾਜਿਆਂ ਤੋਂ ਹੀ ਚੱਲਦਾ ਆ ਰਿਹਾ। ਉਦੋਂ ਇਹਨੂੰ ਬੜੇ ਫਖਰ ਦੇ ਨਾਲ ਅਤੇ ਬੜੇ ਹੀ ਹੋਰ ਢੰਗ ਦੇ ਨਾਲ ਇਹਦੇ 'ਤੇ ਕਥਾ ਕਹਾਣੀਆਂ ਇਸ ਤਰ੍ਹਾਂ ਦੀਆਂ ਪੇਸ਼ ਕੀਤੀਆਂ ਜਾਂਦੀਆਂ ਸੀ ਕਿ ਫਲਾਣਾ ਰਾਜਾ ਇੰਜ ਨਸ਼ੇ ਕਰਦਾ, ਉਹ ਕਰਦਾ ਕਰਦਾ, ਇਹ ਗੱਲ ਚੱਲਦੀ ਚੱਲਦੀ। ਲੇਕਿਨ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਸੀ, ਕੁਝ ਸਮਾਂ ਪਹਿਲਾਂ ਸੀ, ਕੁਝ ਸਾਲ ਪਹਿਲਾਂ ਇਹ ਸੀ ਕਿ ਅਫੀਮ, ਭੁੱਕੀ, ਗਾਂਜਾ ਜਿਹੜਾ ਇੱਥੋਂ ਤੱਕ ਗੱਲ ਸੀ। ਫਿਰ ਜਿਵੇਂ ਕਿ ਇਹ ਜਿਹੜਾ ਹੀਰੋਇਨ ਚਿੱਟੇ ਦਾ ਜਿਹੜਾ ਦੌਰ ਚੱਲਿਆ, ਇਹ ਸਿੱਧੇ ਰੂਪ ਦੇ ਵਿੱਚ ਇਹ ਇੱਕ ਉਹ ਕੜੀ ਹੈ ਜਿਸ ਕੜੀ ਦੇ ਵਿੱਚ ਜਿਹੜਾ ਮੈਂ ਸਮਝਣਾ ਕਿ ਪੁਲਿਸ ਤੰਤਰ
ਰਾਜਸੀ ਤੰਤਰ ਤੇ ਈਵਨ ਪੈਰਾਮਿਲਟਰੀ ਫੋਰਸ ਤੇ ਜਿਹੜੀਆਂ ਉਹ ਏਜੰਸੀਆਂ ਜਿਹੜੀਆਂ ਜਿਨ੍ਹਾਂ ਦੋ ਏਜੰਸੀਆਂ ਨੂੰ ਦੋਨੋਂ ਦੇਸ਼ ਹੀ ਬੜਾ ਬਦਨਾਮ ਕਹਿ ਕੇ ਕਹਿੰਦੇ ISI ਤੇ ਇੱਧਰ ਰਾ, ਇਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਜੋੜ ਤੋੜ ਜ਼ਰੂਰ ਹੈਗਾ, ਕਿਉਂਕਿ ਤੁਸੀਂ ਇਹ ਦੇਖੋ ਅਫਗਾਨਿਸਤਾਨ ਦੇ ਵਿੱਚ ਇਹ ਖੇਤੀ ਹੁੰਦੀ ਹੈ ਤੇ ਅਫਗਾਨਿਸਤਾਨ ਤੋਂ ਇਹ ਚੱਲਦਾ ਹੋਇਆ ਪਾਕਿਸਤਾਨ ਦੇ ਵਿੱਚ ਆਉਂਦਾ, ਪਾਕਿਸਤਾਨ ਤੋਂ ਚੱਲਦਾ ਹੋਇਆ ਬਾਰਡਰ ਨੂੰ ਪਾਰ ਕਰਦਾ ਤੇ ਬਾਰਡਰ ਦੇ ਉੱਤੇ ਪੈਰਾਮਿਲਟਰੀ ਫੋਰਸਾਂ ਲੱਗੀਆਂ ਨੇ, BSF CRPF ਆਰਮੀ ਦਾ ਵੱਖਰਾ ਹੈ, ਫਿਰ ਅੱਗੇ ਇੰਟੈਲੀਜੈਂਸ ਹੈ, ਕਿੰਨਾ ਕੁਝ CID ਹੈ। ਲੇਕਿਨ ਇਸ ਦੇ ਬਾਵਜੂਦ ਇਹ ਨਸ਼ਾ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ, ਤਾਂ ਇਸ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਉਹਦਾ ਜਿੱਥੇ ਸਾਨੂੰ ਬਹੁਤ ਵੱਡਾ ਫਾਇਦਾ ਹੈ ਉੱਥੇ ਬਹੁਤ ਵੱਡਾ ਨੁਕਸਾਨ ਹੈ ਕਿ ਕ੍ਰਿਮੀਨਲ ਬੰਦਾ ਕਿਸੇ ਵੀ ਰੂਪ ਦੇ ਵਿੱਚ ਕਦੋਂ ਵੀ ਕਿਸੇ ਵੀ ਵਿਅਕਤੀ ਨੂੰ ਕਿਤੇ ਵੀ ਮਿਲ ਸਕਦਾ। ਤੁਸੀਂ ਬਾਹਰ ਜਿੰਨੇ ਮਰਜ਼ੀ ਪ੍ਰਬੰਧ, ਸੁਰੱਖਿਆ ਪ੍ਰਬੰਧ, ਬਾਰਡਰ ਇੱਕ ਤਰ੍ਹਾਂ ਦੀ ਆਲੋਚਨਾ ਦੇ ਵਿੱਚ ਇਨਫੋਰਮੇਸ਼ਨ ਵੀ ਹੁੰਦੀ। ਹਾਂ ਹਾਂ, ਮੈਂ ਉਹੀ ਗੱਲ ਕਹਿ ਰਿਹਾ, ਇਹ ਜਿਹੜਾ ਸਾਰਾ ਕੁਝ ਹੈ। ਔਰ ਦੂਸਰੀ ਗੱਲ ਇਹ ਆ ਕਿ ਜਿਹੜੀ ਇਹਦੀ ਇੱਕ ਇਹਨੂੰ ਇੱਕ ਦੇ ਦਿੱਤਾ ਗਿਆ ਟੈਗ ਦੇ ਦਿੱਤਾ ਗਿਆ ਜੀ, ਇਹ ਇੰਨੇ ਕਰੋੜ ਇੰਨੇ ਅਰਬ ਰੁਪਏ ਦੀ ਹੈ, ਇਹ ਜਿਹੜੀ ਬੜੇ ਫਖਰ ਦੇ ਨਾਲ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਰਹੇ ਨੇ, ਇਹਨਾਂ ਦੇ ਅੰਡਰ ਹੀ ਪ੍ਰਸ਼ਾਸਨ ਰਿਹਾ। ਤੇ ਪ੍ਰਸ਼ਾਸਨ ਕੀ ਕਰਦਾ ਕਿ ਦੂਸਰੇ ਤੀਸਰੇ ਦਿਨ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਹਦੇ ਵਿੱਚ ਕਹਿੰਦੇ ਜੀ ਕਿ ਇੱਕ ਆ ਸਮਗਲਰ ਫੜਿਆ ਗਿਆ ਜਿਸ ਦੇ ਕੋਲੋਂ 2 ਕਿਲੋ ਹੀਰੋਇਨ ਬਰਾਮਦ ਕੀਤੀ ਜਿਹਦਾ ਅੰਤਰਰਾਸ਼ਟਰੀ ਰੇਟ, ਉਹ ਹੁਣ ਅੰਤਰਰਾਸ਼ਟਰੀ ਰੇਟ ਜਿਹੜਾ ਹੈ ਜਿਵੇਂ ਸ਼ੇਅਰ ਡਾਊਨਫਾਲ ਦੇ ਵਿੱਚ ਆਉਂਦਾ ਉਹ ਕਿਹਨੂੰ ਪਤਾ ਲੱਗਦਾ। ਉਹ ਤੁਸੀਂ ਇਹ ਦੇਖੋ ਕਿ ਆਮ ਬੰਦਾ ਜਿਹੜਾ ਪੜ੍ਹਿਆ ਲਿਖਿਆ ਵੀ ਨੀਗਾ ਜਿਹਨੂੰ ਇਹ ਪਤਾ ਹੀ ਨੀਗਾ, ਉਸ ਬੰਦੇ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਹਾਲਾਤ ਕਿ ਜਿਹੜੀ ਇੰਨੀ ਮਹਿੰਗੀ ਚੀਜ਼ ਹੈ ਤੇ ਪਤਾ ਨੀ ਕਿੱਡੀ ਕੀਮਤੀ ਹੋਵੇਗੀ, ਉਹਨੂੰ ਇੱਕ ਪ੍ਰਭਾਵ ਇਸ ਤਰ੍ਹਾਂ ਦਾ ਦਿੱਤਾ ਗਿਆ ਹੈ। ਤਾਂ ਤੁਸੀਂ ਇਹ ਦੇਖੋ ਜਿਹਨਾਂ ਲੋਕਾਂ ਕੋਲ ਫੜੀ ਜਾਂਦੀ ਹੈ ਉਹਨਾਂ ਦੀ ਕਿਤੇ RTI ਦੇ ਥਰੂ ਕੋਈ ਇਨਫੋਰਮੇਸ਼ਨ ਸਾਹਮਣੇ ਆ ਜਾਵੇ, ਅਜੇ ਤੱਕ ਨਹੀਂ ਆ ਸਕੀ ਕਿ ਉਹਨਾਂ ਲੋਕਾਂ ਦੀਆਂ ਕਿੰਨਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ, ਉਹਨਾਂ ਦੇ ਉੱਤੇ ਕਿੰਨਿਆਂ ਨੂੰ ਤੁਸੀਂ ਫਾਂਸੀ ਦੀ ਸਜ਼ਾ ਦਿੱਤੀ ਜਾਂ ਕਿੰਨਿਆਂ ਨੂੰ ਤੁਸੀਂ ਉਮਰ ਕੈਦ ਕੀਤਾ। ਉਹ ਬੰਦੇ ਜਦੋਂ ਪਕੜੇ ਜਾਂਦੇ ਨੇ, ਮੈਂ ਅੱਜ ਹੀ ਇੱਕ ਦੇਖ ਰਿਹਾ ਸੀ ਕਿ ਇੱਕ ਆਪਣੇ ਲੇਡੀਜ਼ ਬੋਲ ਰਹੀ ਹੈ, ਉਹ ਕਹਿੰਦੀ ਸਾਡੇ ਉੱਤੇ ਅਟੈਕ ਹੀ ਇਸ ਕਰਕੇ ਹੋਇਆ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਨਸ਼ਿਆਂ ਦਾ ਵਿਰੋਧ ਕਰਦੇ ਸੀ, ਤਾਂ ਜਿਹੜਾ ਵਿਰੋਧ ਕਰਨ ਜਿਨ੍ਹਾਂ ਲੋਕਾਂ ਦਾ ਕੀਤਾ ਜਾਂਦਾ ਸੀ ਉਹ ਜੇਲ੍ਹ ਤੋਂ ਰਿਹਾ ਹੋ ਕੇ ਆਏ ਤੇ ਉਹਨਾਂ ਨੇ ਸਿੱਧਾ ਸਾਨੂੰ ਟਾਰਗੇਟ ਕੀਤਾ। ਸੋ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹ ਦੁਸ਼ਮਣੀ ਦੇ ਵਿੱਚ ਬਦਲ ਰਹੀਆਂ ਨੇ। ਉਹ ਲੋਕ ਜਿਹੜੇ ਰਾਜਸੀ ਲੋਕਾਂ ਦੇ ਨਾਲ ਜੁੜੇ ਹੋਏ ਨੇ, ਪੁਲਿਸ ਅਫਸਰਾਂ ਦੇ ਨਾਲ ਜਿਨ੍ਹਾਂ ਦੀ ਸਰਪ੍ਰਸਤੀ ਜੁੜੀ ਹੋਈ ਹੈ, ਉਹ ਲੋਕ ਇਕੱਠੇ ਹੋ ਕੇ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਨਸ਼ਿਆਂ ਨੂੰ ਬੜਾ ਖੁੱਲ੍ਹੇਆਮ ਉਹ ਵੇਚ ਰਹੇ ਨੇ, ਉਹਦਾ ਕਾਰੋਬਾਰ ਕਰ ਰਹੇ ਨੇ ਵਿੱਚ ਵੇਚੀ ਜਾ ਰਹੀ ਹੈ। ਤਾਂ ਜਿੱਥੋਂ ਤੱਕ ਤੁਸੀਂ ਅਧਿਆਤਮਿਕ ਤੌਰ ਤੇ ਗੱਲ ਕੀਤੀ ਹੈ, ਦੇਖੋ ਅਸੀਂ ਉਹਦੇ ਤੋਂ ਟੁੱਟ ਚੁੱਕੇ ਹਾਂ, ਵਿਖਾਵਾ ਬਹੁਤ ਜ਼ਿਆਦਾ। ਜਿਹੜਾ ਸਪਿਰਚੁਅਲ ਸੋਚ ਹੈ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਸੀ ਉਹ ਜਿਸ ਰੂਪ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਮੈਂ ਇੱਥੇ ਇੱਕ ਮੁਆਫੀ ਚਾਹੂੰਗਾ, ਮੈਂ ਚਾਹੁੰਦਾ ਨਹੀਂ ਸੀ ਵੈਸੇ ਇਹਦੇ ਵਿੱਚ ਰਾਜਨੀਤੀ ਜਾਂ ਕਿਸੇ ਪਾਰਟੀ ਨੂੰ ਦੋਸ਼ ਦੇਣਾ ਨਹੀਂ ਚਾਹੁੰਦਾ ਸੀ, ਮੈਂ ਸੰਜੀਦਗੀ ਨਾਲ ਇਸ ਮਸਲੇ ਨੂੰ ਵਿਚਾਰਨਾ ਚਾਹੁੰਦੇ ਸੀ। ਪਰ ਜਦੋਂ ਆਚਰਨ ਦੀ ਗੱਲ ਅਸੀਂ ਕਰਦੇ ਹਾਂ ਤਾਂ ਇੱਕ ਪਾਸੇ ਤਾਂ ਅਸੀਂ ਇਹ ਵੀ ਗੱਲ ਸੁਣੀ ਹੋਈ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਘੋੜਾ ਸੀ ਉਹਦੇ ਚੋਂ ਤੰਬਾਕੂ ਦੇ ਖੇਤ 'ਚ ਨਹੀਂ ਸੀ ਲੰਘਿਆ, ਠੀਕ ਹੈ ਨਾ, ਉਹਦੇ ਵਿੱਚ ਵੀ ਨਹੀਂ ਸੀ ਵੜੇ। ਔਰ ਦੂਜੇ ਪਾਸੇ ਗਾਂਧੀ ਜਿਹੜਾ ਹੈਗਾ ਉਹ ਕਹਿੰਦਾ ਕਿ ਫੀਮ ਦੀ ਖੇਤੀ ਕਰੋ, ਔਰ ਤੁਹਾਡੀ ਪਾਰਟੀ ਨੇ ਬਕਾਇਦਾ ਉਹਨੂੰ ਬਿਲਕੁਲ ਨਹੀਂ ਜੀ, ਅਸੀਂ ਕਦੇ ਵੀ ਉਹਨੂੰ ਮਾਨਤਾ ਨਹੀਂ ਦਿੱਤੀ। ਇਲੈਕਸ਼ਨਾਂ ਦੇ ਵਿੱਚ ਤੁਸੀਂ ਨਹੀਂ, ਮੈਂ ਇਲੈਕਸ਼ਨਾਂ ਦੇ ਵਿੱਚ ਅਸੀਂ ਧਰਮਵੀਰ ਗਾਂਧੀ ਦੇ ਨਾਲ ਬੈਠੇ ਸੀ, ਮੈਂ ਤੇ ਜਹਦਰ ਸੇਵਾ ਸਿੰਘ ਸੇਵਾ ਵਿਚਕਾਰ ਸਾਡੇ ਉਹ ਬੈਠੇ ਸੀ ਜਦੋਂ ਪ੍ਰੈਸ ਕਾਨਫਰੰਸ ਹੋਈ ਤੇ ਇਹੋ ਸਵਾਲ ਜਿਹੜਾ ਤੁਸੀਂ ਕੀਤਾ, ਜਦੋਂ ਸਾਨੂੰ ਕੀਤਾ ਗਿਆ ਤੇ ਅਸੀਂ ਕਿਹਾ ਕਿ ਅਸੀਂ ਧਰਮਵੀਰ ਗਾਂਧੀ ਦੇ ਜਿਹੜੇ ਹੋਰ ਜਿਹੜੇ ਉਹਨਾਂ ਦੇ ਚੰਗੇ ਕੰਮ ਨੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ, ਪਰ ਇਹ ਜਿਹੜਾ ਨਸ਼ਿਆਂ ਦੇ ਉੱਤੇ ਜਿਹੜੀ ਉਹਨਾਂ ਦੀ ਆਪਣੀ ਸੋਚ, ਜਦੋਂ ਤੁਸੀਂ ਰਾਜਨੀਤੀ ਬਣਾਉਂਦੇ ਹੋ ਤੁਸੀਂ ਸਾਰੀ ਰਾਜਨੀਤੀ ਨਾਲ ਸਹਿਮਤੀ ਬਣਾ ਕੇ ਤੁਸੀਂ ਅੱਗੇ ਤੁਰਦੇ ਹੋ। ਨਹੀਂ ਨਹੀਂ, ਇਸ ਤਰ੍ਹਾਂ ਹੁੰਦਾ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜੇ ਕੋਈ ਵੀ ਵਿਅਕਤੀ ਹਰ ਪੱਖ ਦੇ ਵਿੱਚ ਪੂਰਾ ਨਹੀਂ ਹੋ ਸਕਦਾ ਤੇ ਖਾਸ ਕਰਕੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਵਿੱਚ ਗੁਣਾਂ ਦੇ ਨਾਲ ਔਗੁਣਾਂ ਦੇ ਦਾ ਵੀ ਸੁਮੇਲ ਜਿਹੜਾ ਉਹ ਕਿਤੇ ਨਾ ਕਿਤੇ ਜੁੜਿਆ ਹੁੰਦਾ। ਸੋ ਧਰਮਵੀਰ ਗਾਂਧੀ ਦੇ ਨਾਲ ਜਦੋਂ ਅਸੀਂ ਬੈਠ ਕੇ ਉਹਨਾਂ ਦੀ ਹਮਾਇਤ ਕੀਤੀ ਸੀ ਸਪਸ਼ਟ ਸ਼ਬਦਾਂ 'ਚ, ਅੱਜ ਵੀ ਮੈਂ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਵੀ ਦੁਹਰਾਉਣਾ ਚਾਹੁੰਦਾ ਕਿ ਨਸ਼ੇ ਜਿਹੜੇ ਉਹ ਸਾਰੇ ਹੀ ਮਾੜੇ ਨੇ, ਉਹਨਾਂ ਦੀ ਵਕਾਲਤ ਕਰਨੀ ਔਰ ਉਹਨਾਂ ਨੂੰ
ਉਤਸ਼ਾਹਿਤ ਕਰਨਾ ਉਹ ਸਿਰਫ ਇਹ ਆ ਬੇਵਸ ਲੋਕਾਂ ਦੀਆਂ ਗੱਲਾਂ ਨੇ ਕਿ ਆਹ ਨਸ਼ਾ ਖਤਮ ਕਰਨ ਵਾਸਤੇ ਤੁਸੀਂ ਇਸ ਨਸ਼ੇ ਨੂੰ ਤੁਸੀਂ ਖੁੱਲੀ ਛੁੱਟੀ ਦੇ ਦਿਓ ਤੇ ਸ਼ਾਇਦ ਬਿਲਕੁਲ ਇਹ ਬੇਵਸੀ ਵਾਲੇ ਕੰਮ ਆ ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ ਦੁਬਾਰਾ ਅਸੀਂ ਤੁਹਾਡੇ ਕੋਲ ਆਉਣੇ ਆ ਲੇਕਿਨ 2 ਮਿੰਟ ਇਸ ਸੈਗਮੈਂਟ ਦੇ ਰਹਿ ਗਏ ਇਸ ਤੋਂ ਬਾਅਦ ਅਸੀਂ ਅਗਲੇ ਸੈਗਮੈਂਟ 'ਚ ਗੱਲ ਜਾਰੀ ਰੱਖਾਂਗੇ ਜੇ ਵਿੱਚ ਗੱਲ ਰਹਿ ਗਈ ਤਾਂ ਲੱਦਰ ਸਾਹਿਬ ਮੈਂ ਇੱਕ ਹੋਰ ਰਿਪੋਰਟ ਦੇਖ ਰਿਹਾ ਸੀ ਉਹ ਕਿੰਨੀ ਕੁ ਔਥੈਂਟਿਕ ਹੈ ਉਹਦੇ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਕਿ ਇਹਦੇ ਵਿੱਚ ਜਿਹੜੀਆਂ ਲੜਕੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਵੀ ਨਸ਼ਿਆਂ ਦੇ ਵਿੱਚ ਸ਼ਾਮਿਲ ਹੋ ਰਹੀਆਂ ਪਰ ਹੈਰਾਨੀ ਦੀ ਗੱਲ ਇਹ ਹੈਗੀ ਆ ਵੀ ਜਿਹੜੇ ਦਲਿਤ ਨੌਜਵਾਨ ਆ ਉਹ ਇਹਦਾ ਘੱਟ ਸ਼ਿਕਾਰ ਹੋਏ ਆ ਇਹ ਠੀਕ ਹੈ ਕਿ ਕੁਝ ਉਸ ਤਰ੍ਹਾਂ ਦੇ ਸ਼ਿਕਾਰ ਹੋਏ ਆ ਜਿਹੜੇ ਜੱਟਾਂ ਦੇ ਨਾਲ ਕੰਮ ਕਰ ਰਹੇ ਆ ਉਹਨਾਂ ਜਿਹਨੂੰ ਅਸੀਂ ਸੀਰੀ ਸ਼ਬਦ ਵਰਤਦੇ ਆਮ ਤੌਰ 'ਤੇ ਉਹਨਾਂ ਦੇ ਮੁਤਹਿਤੀ 'ਚ ਕੰਮ ਕਰ ਰਿਹਾ ਉਹਨਾਂ ਨੂੰ ਨਸ਼ੇ 'ਤੇ ਲਾ ਕੇ ਉਹਨਾਂ ਤੋਂ ਕੰਮ ਲੈਣ ਵਾਸਤੇ ਇਸ ਤਰ੍ਹਾਂ ਨਸ਼ੇ 'ਤੇ ਲਾਇਆ ਗਿਆ ਉਹਨਾਂ ਨੂੰ ਪਰ ਦੂਜੇ ਪਾਸੇ ਆਮ ਆਪਣੇ ਆਪ ਜਿਹੜੇ ਆ ਦਲਿਤ ਨੌਜਵਾਨ ਘੱਟ ਜੁੜੇ ਆ ਇਹਦਾ ਕੀ ਕਾਰਨ ਹੈ ਜੀ ਮਦਨਦੀਪ ਜੀ ਮੈਂ ਇਹ ਸਮਝਦਾ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਹਾਂ ਮੈਂ ਪਿੰਡ ਦੇ ਵਿੱਚ ਜਿਹੜੀ ਲਾਈਫ ਹੈ ਲੋਕਾਂ ਦੀ ਦਲਿਤਾਂ ਦੀ ਵੀ ਜਿਹੜੇ ਨੌਨ ਦਲਿਤ ਆ ਉਹਨਾਂ ਦੀ ਵੀ ਬੜੇ ਨੇੜਿਓਂ ਦੇਖੀ ਹੈ ਜੀ ਇਹ ਗੱਲ ਤੁਹਾਡੀ ਵਾਜਬ ਹੈ ਕਿ ਜਦੋਂ ਕੋਈ ਆਪਣਾ ਜੱਟ ਜ਼ਿਮੀਦਾਰ ਕਿਸੇ ਦਲਿਤ ਤੋਂ ਕੰਮ ਲੈਂਦਾ ਹੈਗਾ ਜੀ ਭਾਵੇਂ ਉਹ ਸੀਰੀ ਹੈ ਭਾਵੇਂ ਉਹ ਕੋਈ ਦਿਹਾੜੀਦਾਰ ਹੈ ਤਾਂ ਕਈ ਵਾਰੀ ਉਹਨਾਂ ਨੂੰ ਨਸ਼ੇ ਦਿੰਦਾ ਹੈ ਚਾਹ ਦੇ ਵਿੱਚ ਉਹਨਾਂ ਨੂੰ ਅਫੀਮ ਵੀ ਦੇ ਦਿੰਦੇ ਆ ਜਾਂ ਉਹਨਾਂ ਨੂੰ ਪੋਸਟ ਦੇ ਦਿੰਦੇ ਆ ਜਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਤਾਂ ਕਿ ਉਹ ਲੰਬਾ ਸਮਾਂ ਕੰਮ ਕਰਦੇ ਰਹਿਣ ਜ਼ਿਆਦਾ ਕੰਮ ਲਿਆ ਜਾ ਬਿਨਾਂ ਥਕਾਵਟ ਤੋਂ ਫਿਰ ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਹੈਗਾ ਆ ਪਹਿਲਾਂ ਤਾਂ ਉਹਨਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦਾ ਨਸ਼ਾ ਉਸ ਤੋਂ ਬਾਅਦ ਜਦੋਂ ਆਦੀ ਹੋ ਜਾਂਦੇ ਆ ਤਾਂ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਉਹਨਾਂ ਦੇ ਪੈਸੇ ਵਸੂਲੇ ਜਾਂਦੇ ਜਾਂ ਤਾਂ ਪੈਸੇ ਵਸੂਲ ਕੇ ਜਾਂ ਉਹਨਾਂ ਤੋਂ ਕੰਮ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਐਕਸਪਲਾਈਟੇਸ਼ਨ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਐਕਸਪਲਾਈਟੇਸ਼ਨ ਜਿਹੜੀ ਨਾ ਸਿਰਫ ਦਲਿਤਾਂ ਨਾਲ ਹੁੰਦੀ ਹੈ ਜਿਹੜੇ ਦੂਜੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੂੰ ਆਪਾਂ ਲੋਕਲ ਲੈਂਗੁਏਜ ਦੇ ਵਿੱਚ ਭਈਆ ਕਹਿੰਦੇ ਹਾਂ ਉਹਨਾਂ ਲੋਕਾਂ ਦੀ ਵੀ ਐਕਸਪਲਾਈਟੇਸ਼ਨ ਹੁੰਦੀ ਹੈ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਮਤਲਬ ਮਜ਼ਦੂਰ ਵਰਗ ਨੂੰ ਆਪਾਂ ਜੇ ਮਜ਼ਦੂਰ ਵਰਗ ਕਹਿ ਲਈਏ ਤਾਂ ਜ਼ਿਆਦਾ ਬਿਹਤਰ ਹੋਏਗਾ ਸਾਰਾ ਲੇਕਿਨ ਮੈਂ ਇਹ ਸਮਝਦਾ ਹੈਗਾ ਹਾਂ ਕਿ ਇਹਦੇ ਵਾਸਤੇ ਇਸ ਪ੍ਰਚਲਨ ਦੇ ਵਾਸਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਹਿਊਮਨ ਟੈਂਡੈਂਸੀ ਆ ਇੱਕ ਲਾਲਚ ਹੈ ਕੰਮ ਦਾ ਲਾਲਚ ਹੈ ਇੱਕ ਘੱਟ ਉਜ਼ਰਤ ਦੇਣ ਦਾ ਲਾਲਚ ਹੈ ਇੱਕ ਐਕਸਪਲਾਈਟੇਸ਼ਨ ਦੀ ਜਿਹੜੀ ਦੇਖੋ ਜਦੋਂ ਅਸੀਂ ਦਲਿਤਾਂ ਦੇ ਨਾਲ ਕਿਸੇ ਵੀ ਸਿਲਸਿਲੇ ਨੂੰ ਜੋੜਦੇ ਹਾਂ ਤਾਂ ਇਹਦੀਆਂ ਜਿਹੜੀਆਂ ਜੜ੍ਹਾਂ ਆ ਇਹ ਹਜ਼ਾਰਾਂ ਸਾਲ ਪਿੱਛੇ ਜਾ ਪੈਂਦੀਆਂ ਡੂੰਘੀਆਂ ਆ ਇਹ ਸਾਡੇ ਅੱਜ ਵੀ ਮੁਲਕ ਦੇ ਵਿੱਚ ਜਿਹੜੀ ਦਲਿਤਾਂ ਦੀ ਐਕਸਪਲਾਈਟੇਸ਼ਨ ਹੈ ਇਹ ਨਾ ਸਿਰਫ ਪਿੰਡਾਂ 'ਚ ਹੁੰਦੀ ਹੈ ਬਲਕਿ ਇਹ ਸ਼ਹਿਰਾਂ ਦੇ ਵਿੱਚ ਵੀ ਉਸ ਤੋਂ ਵੱਧ ਹੁੰਦੀ ਹੈ ਬਿਲਕੁਲ ਲੱਦਰ ਸਾਹਿਬ ਬ੍ਰੇਕ ਦਾ ਵੇਲਾ ਆ ਜੀ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਤੁਹਾਡੇ ਨਾਲ ਇਸ 'ਤੇ ਗੱਲਬਾਤ ਜਾਰੀ ਰੱਖਾਂਗੇ ਔਰ ਇਹ ਜਾਣਨ ਦਾ ਯਤਨ ਕਰਾਂਗੇ ਕਿ ਕੀ ਇਹਦੇ 'ਤੇ ਤੁਹਾਡੀ ਕੋਈ ਸਟੱਡੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਪ੍ਰਕੋਪ ਆ ਇਹਦੇ ਵਿੱਚ ਦਲਿਤ ਨੌਜਵਾਨ ਜਿਹੜੇ ਹੈਗੇ ਆ ਉਹ ਕਿੰਨੇ ਕੁ ਗ੍ਰਸਤ ਆ ਕਿੰਨੇ ਕੁ ਇਹਦੇ ਵਿੱਚ ਸ਼ਾਮਿਲ ਹੈਗੇ ਆ ਬ੍ਰੇਕ ਤੋਂ ਬਾਅਦ ਅਸੀਂ ਤੁਰੰਤ ਹਾਜ਼ਰ ਹੁੰਦੇ ਹਾਂ ਤੁਸੀਂ ਬਣੇ ਰਹੋ ਛੋਟੀ ਜਿਹੀ ਬ੍ਰੇਕ ਹੈ ਬ੍ਰੇਕ ਤੋਂ ਬਾਅਦ ਇਹ ਗੱਲਬਾਤ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਸਲੇ ਲੱਦਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਦਲਿਤ ਪਰਿਵਾਰਾਂ ਬਾਰੇ ਖਾਸ ਕਰਕੇ ਤੁਹਾਡੀ ਕੋਈ ਇਸ ਤਰ੍ਹਾਂ ਦੀ ਸਟੱਡੀ ਹੈ ਜਿਹਦੇ ਵਿੱਚ ਇਹ ਪਤਾ ਲੱਗ ਸਕੇ ਕਿ ਪੰਜਾਬ ਦੇ ਅੰਦਰ ਦਲਿਤ ਨੌਜਵਾਨ ਕਿੰਨੇ ਕੁ ਨਸ਼ੇ ਦੇ ਆਦੀ ਹੋ ਚੁੱਕੇ ਹੈ ਮਦਨਦੀਪ ਜੀ ਇਸ ਤਰ੍ਹਾਂ ਦੀ ਸਟੱਡੀ ਕੋਈ ਸਰਕਾਰੀ ਪੱਧਰ 'ਤੇ ਮੇਰੇ ਧਿਆਨ 'ਚ ਨਹੀਂ ਹੈ ਜੀ ਨਾ ਹੀ ਕਿਸੇ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੀ ਸਟੱਡੀ ਕੀਤੀ ਗਈ ਹੈ ਕਿ ਬਈ ਦਲਿਤ ਨੌਜਵਾਨ ਸੈਪਰੇਟ ਤੌਰ 'ਤੇ ਕਿੰਨੇ ਕੁ ਨਸ਼ਿਆਂ ਨਾਲ ਗ੍ਰਸਤ ਨੇ ਇਹ ਇਸ ਕਰਕੇ ਲੱਦਰ ਸਾਹਿਬ ਗੱਲ ਕਰਨੀ ਪੈ ਰਹੀ ਮੈਂ ਮੁਆਫ਼ੀ ਚਾਹੂੰਗਾ ਵਿੱਚੋਂ ਟੋਕਣ ਲਈ ਜੀ ਕਿਉਂਕਿ ਨਸ਼ੇ ਮਹਿੰਗੇ ਹੈ ਜੀ ਅਤੇ ਦਲਿਤ ਪਰਿਵਾਰਾਂ ਦੇ ਜਿਹੜੇ ਆਰਥਿਕ ਹਾਲਾਤ ਜੋ ਹੈਗੇ ਆ ਪੰਜਾਬ ਦੇ ਅੰਦਰ ਉਹਨਾਂ ਦੇ ਵੱਸ ਦਾ ਰੋਗ ਨਹੀਂ ਹੈਗਾ ਇੰਨੇ ਮਹਿੰਗੇ ਨਸ਼ੇ ਕਰਨੇ ਇਸ ਕਰਕੇ ਮੈਂ ਮੇਰੀ ਦਿਲਚਸਪੀ ਹੈ ਕਿ ਜੇ ਇਸ ਤਰ੍ਹਾਂ ਦਲਿਤ ਨੌਜਵਾਨ ਵੀ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਆਦੀ ਹੋ ਚੁੱਕੇ ਆ ਜਾਂ ਫਸ ਚੁੱਕੇ ਆ ਤਾਂ ਉਹ ਕਿਵੇਂ ਨਸ਼ਾ ਪੂਰਾ ਕਰਦੇ ਹੋਣਗੇ ਜਾਂ ਕਿੰਨੇ ਕੁ ਪਰਿਵਾਰ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਪੀੜਤ ਨੇ ਮੈਂ ਫਿਰ ਇਹ ਤੁਹਾਨੂੰ ਇਹ ਰਿਪੀਟ ਕਰਨਾ ਚਾਹੁੰਦਾ ਕਿ ਜਿਹੜਾ ਨਸ਼ਾ ਆ ਉਹ ਜਿੰਨਾ ਮਹਿੰਗਾ ਆ ਜੀ ਉਹ ਆਪਣਾ ਉਸ ਨਸ਼ਾ ਕਰਨ ਵਾਲੇ ਦੀ ਸਮਰੱਥਾ 'ਤੇ ਡਿਪੈਂਡ ਕਰਦਾ ਆ ਜੀ ਕਿਉਂਕਿ ਜਿਹੜੇ ਇਹ ਨਵੇਂ ਜਿਹੜੇ ਸਿੰਥੈਟਿਕ ਨਸ਼ੇ ਹੈਗੇ ਆ ਭਾਵੇਂ ਚਿੱਟਾ ਆ ਭਾਵੇਂ ਹੀਰੋਇਨ ਹੈ ਭਾਵੇਂ ਈਵਨ ਮਹਿੰਗੀ ਵਿਸਕੀ ਹੈ
ਉਹ ਦਲਿਤ ਨੌਜਵਾਨ ਕਿਉਂਕਿ ਅਫੋਰਡ ਹੀ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਦੇ ਉਹਨਾਂ ਨਸ਼ਿਆਂ ਦੇ ਵਿੱਚ ਗ੍ਰਸਤ ਹੋਣਾ ਸੰਭਵ ਨਹੀਂ ਹੈ। ਨਸ਼ੇ ਜਿਹੜੇ ਸਸਤੇ ਨਸ਼ੇ ਹੈ, ਜਿਵੇਂ ਕਿ ਦੇਸੀ ਦਾਰੂ ਪੀ ਲਈ, ਜਿਵੇਂ ਕਿ ਭੁੱਕੀ ਖਾ ਲਈ, ਜਿਵੇਂ ਕਿ ਹੋਰ ਛੋਟੇ ਮੋਟੇ ਨਸ਼ੇ ਜਿਹੜੇ ਕਿ ਉਹਨਾਂ ਨੂੰ ਉਹਨਾਂ ਦੇ ਇੰਪਲਾਇਰ ਤੋਂ ਮਿਲ ਸਕਦੇ ਆ, ਉਹ ਨਸ਼ੇ ਦਲਿਤ ਨੌਜਵਾਨ ਕਰਦੇ ਆ ਟੂ ਮਾਈ ਅੰਡਰਸਟੈਂਡਿੰਗ। ਲੇਕਿਨ ਜਿਹੜਾ ਮਹਿੰਗਾ ਨਸ਼ਾ ਹੈਗਾ, ਜਿਵੇਂ ਆਪਾਂ ਮੰਨ ਲਓ ਅਗਰ ਅੰਗਰੇਜ਼ੀ ਸ਼ਰਾਬ ਦੀ ਗੱਲ ਕਰੀਏ, ਸ਼ਰਾਬ ਵੀ ਇੱਕ ਨਸ਼ਾ ਆ, ਔਰ ਸਰਕਾਰ ਠੇਕੇ ਆਕਸ਼ਨ ਕਰਦੀ ਹੈਗੀ ਆ, ਔਰ ਜਿਹੜੇ ਠੇਕੇਦਾਰ ਹੈਗੇ ਆ, ਠੇਕੇ ਆਪਣਾ ਜਿਹੜੇ ਕੰਟਰੈਕਟਰ ਹੈ ਆਪਣੇ ਇਹਦੇ ਵਿਸਕੀ ਦੇ ਠੇਕਿਆਂ ਦੇ, ਉਹ ਜਦੋਂ ਕਦੇ ਕੋਈ ਆਪਣਾ ਦੇਸੀ ਦਾਰੂ ਕੱਢ ਲੈਂਦਾ ਆ ਕੋਈ ਗਰੀਬ ਪਿੰਡ ਵਾਲਾ ਬੰਦਾ, ਤਾਂ ਉਹਦੇ ਮਗਰ ਉਹ ਆਪਣਾ ਉਹਨੂੰ ਥਾਣੇ ਖਿੱਚ ਕੇ ਲੈ ਜਾਂਦੇ ਹੈਗੇ ਆ, ਉਹਨੂੰ ਨਹੀਂ ਇਸ ਤਰ੍ਹਾਂ ਦੀ ਇਜਾਜ਼ਤ ਕਿ ਉਹ ਆਪਣਾ ਆਪਣੀ ਦਾਰੂ ਕੱਢ ਕੇ ਪੀ ਸਕੇ। ਸੋ ਇਸ ਤਰ੍ਹਾਂ ਦਾ ਕਿਤੇ ਨਾ ਕਿਤੇ, ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਹੈਗਾ ਕਿ ਇਹ ਜਿਹੜਾ ਆਪਣਾ ਦਾਰੂ ਪੀਣਾ ਆ, ਕੀ ਸਰਕਾਰ ਇਹਨੂੰ ਨਸ਼ਾ ਨਹੀਂ ਸਮਝਦੀ? ਅਤੇ ਜੇ ਨਸ਼ਾ ਸਮਝਦੀ ਹੈ ਤਾਂ ਇਹਨੂੰ ਇਨਕਮ ਦਾ ਸਾਧਨ ਕਿਉਂ ਬਣਾਇਆ ਹੋਇਆ? ਇਹ ਵੀ ਬੰਦ ਹੋਣੀ ਚਾਹੀਦੀ ਹੈ। ਨਸ਼ਾ ਜਿਹੜੀ ਸ਼ਰਾਬ ਹੈ, ਇਹ ਬਹੁਤ ਵੱਡਾ ਨਸ਼ਾ ਹੈ। ਕੀ ਸਾਨੂੰ ਗੁਰੂ ਪੀਰਾਂ ਨੇ ਕਿਹਾ ਸੀਗਾ ਕਿ ਸ਼ਰਾਬ ਪੀ ਲਿਓ ਅਤੇ ਬਾਕੀ ਨਾ ਕਰਿਓ ਨਸ਼ੇ? ਤੋ ਸ਼ਰਾਬ ਵੀ ਨਸ਼ਾ ਹੈ, ਅਤੇ ਸ਼ਰਾਬ ਵੀ ਨਹੀਂ ਪਾਬੰਦੀ ਹੋਣੀ ਚਾਹੀਦੀ ਹੈਗੀ ਹੈ। ਅਤੇ ਜੇ ਸ਼ਰਾਬ ਦੇ ਉੱਤੇ ਪਾਬੰਦੀ ਨਹੀਂ ਹੈ ਤਾਂ ਫਿਰ ਦੇਸੀ ਦਾਰੂ ਕੱਢਣ 'ਤੇ ਪਾਬੰਦੀ ਕਿਉਂ ਹੈ? ਤਾਂ ਕਿ ਗਰੀਬ ਆਦਮੀ ਜਿਹੜਾ ਉਹ ਆਪਣਾ ਦੇਸੀ ਦਾਰੂ ਕੱਢ ਕੇ ਆਪਣੀ ਮਹਿੰਗੀ ਨੂੰ ਅਫੋਰਡ ਨਹੀਂ ਕਰ ਸਕਦਾ। ਅਤੇ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰੀ ਪੋਲਿਸੀ ਦੇ ਵਿੱਚ ਫਲਾਅ ਹੈ। ਅਸੀਂ ਇਹਦਾ ਇਨਕਮ ਦਾ ਜ਼ਰੀਆ ਨਾ ਬਣਾਉਣਾ, ਇਹਨੂੰ ਨਹੀਂ ਬਣਾਉਣਾ ਚਾਹੀਦਾ। ਔਰ ਤਾਂ ਕਿ ਸਾਡੇ ਜਿਹੜੇ ਨੌਜਵਾਨ ਹੈ, ਇਹ ਆਪਣਾ ਅਸੀਂ ਸਰਕਾਰ ਉਹਨੂੰ ਖੁਦ ਉਹਨਾਂ ਨੂੰ ਲੋਕਾਂ ਨੂੰ ਨਸ਼ਿਆਂ ਵੱਲ ਧਕੇਲਦੀ ਹੈ। ਜਦੋਂ ਅਸੀਂ ਆਪ ਆਪਣੇ ਠੇਕੇ ਖੋਲ੍ਹੇ ਹੋਏ ਆ, ਦੁਕਾਨਾਂ ਖੋਲ੍ਹੀਆਂ ਹੋਈਆਂ ਆ, ਕੰਟਰੈਕਟਰ ਰੱਖੇ ਹੋਏ ਆ ਦਾਰੂ ਵੇਚਣ ਲਈ, ਤਾਂ ਇਹਦਾ ਮਤਲਬ ਸਾਡੀ ਸਰਕਾਰ ਦੀ ਆਪ ਹੀ ਨਸ਼ੇ ਵੇਚਣ ਦੀ ਸ਼ਮੂਲੀਅਤ ਫੀਮ ਤੇ ਭੁੱਕੀ ਦੇ ਠੇਕੇ ਵੀ ਹੈਗੇ ਆ। ਹਾਂ, ਅਤੇ ਜਦੋਂ ਸਾਡੀ ਆਪਣੀ ਸ਼ਮੂਲੀਅਤ ਹੈ ਉਹਦੇ ਵਿੱਚ, ਤੇ ਸਾਡਾ ਅਸੀਂ ਨਸ਼ੇ ਬੰਦ ਕਰਨ ਦੀ ਗੱਲ ਕਿਵੇਂ ਕਰ ਸਕਦੇ ਹਾਂ? ਹੋਰ ਤਾਂ ਹੋਰ ਜਿਹੜੀਆਂ ਪੰਥਕ ਸਰਕਾਰਾਂ ਆਪਣੇ ਆਪ ਨੂੰ ਕਹਿਣੀਆਂ, ਉਹ ਵੀ ਨਸ਼ਿਆਂ ਨੂੰ ਵੱਧ ਚੜ੍ਹ ਕੇ ਵੇਚਦੀਆਂ ਰਹੀਆਂ। ਤੁਸੀਂ ਵੱਧ ਦੋਸ਼ ਲੱਗਦੇ ਰਹੇ ਆ। ਨਹੀਂ, ਉਹਨਾਂ ਦੇ ਸਮੇਂ ਦੇ ਵਿੱਚ ਜਿਹੜੇ ਨਸ਼ੇ ਹੈਗੇ ਆ, ਉਹ ਤਾਂ ਹੱਦਾਂ ਬੰਨੇ ਪਾਰ ਕਰ ਗਏ। ਉਹਨਾਂ ਦੇ ਸਮੇਂ ਦੇ ਵਿੱਚ ਹੀ ਉੜਦਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ, ਔਰ ਮੈਂ ਸਮਝਦਾ ਕਿ ਉਹਨਾਂ ਦੇ ਸਮਿਆਂ ਵਿੱਚ ਤੁਸੀਂ ਡਿਪਟੀ ਕਮਿਸ਼ਨਰ ਵੀ ਰਹੇ ਹੋ ਕਈ ਜ਼ਿਲ੍ਹਿਆਂ ਦੇ। ਜੀ, ਮੈਂ ਬਿਲਕੁਲ ਰਿਹਾ। ਤੁਹਾਡੇ ਕੋਲ ਬਹੁਤ ਤਜਰਬੇ ਵੀ ਹੈਗੇ ਆ। ਮੈਂ ਜਦੋਂ ਪਤਾ ਹੋਣਾ ਹੈ ਵੀ ਕਿਹੜੇ ਕਿਹੜੇ ਲੀਡਰ ਉਹਦੇ ਵਿੱਚ ਸ਼ਾਮਲ ਹੈਗੇ ਆ ਤੁਹਾਡੇ ਜ਼ਿਲ੍ਹਿਆਂ 'ਚ, ਇਹ ਵੀ ਪਤਾ ਹੋਊਗਾ ਤੁਹਾਨੂੰ। ਜਦੋਂ ਮੈਂ ਡਿਵੀਜ਼ਨਲ ਕਮਿਸ਼ਨਰ ਰਹੀਆਂ ਹੋਣਗੀਆਂ ਇਸ ਤਰ੍ਹਾਂ ਦੀਆਂ, ਮੈਂ ਜਦੋਂ ਡਿਵੀਜ਼ਨਲ ਕਮਿਸ਼ਨਰ ਜਲੰਧਰ ਸੀ ਤਾਂ ਮੈਂ ਸਰਕਾਰ ਨੂੰ ਇੱਕ ਵਾਰੀ ਇੱਕ ਚਿੱਠੀ ਲਿਖੀ ਕਿ ਬਹੁਤ ਸਾਰੇ NRI ਜਦੋਂ ਆਉਂਦੇ ਆ ਤਾਂ ਇਹ ਬਹੁਤ ਸਾਰੇ ਮੇਲੇ ਕਰਦੇ ਆ, ਬੜੇ ਵੱਡੇ ਵੱਡੇ ਇਨਾਮ ਦਿੰਦੇ ਹੈਗੇ ਆ, ਅਤੇ ਪੁਲਿਸ ਅਫਸਰ ਜਿਹੜੇ ਸੀਨੀਅਰ ਪੁਲਿਸ ਅਫਸਰ ਹੈ ਉਹ ਉਹਨਾਂ ਦੇ ਚੀਫ ਗੈਸਟ ਬਣਦੇ ਆ। SHO ਤੋਂ ਲੈ ਕੇ ਸੀਨੀਅਰ ਲੈਵਲ ਦੇ ਅਫਸਰ ਉਹਨਾਂ ਮੇਲਿਆਂ ਦੇ ਵਿੱਚ ਜਾਂਦੇ ਆ, ਨਾਮ ਕਨਾਮ ਵੰਡਦੇ ਆ, ਔਰ ਮਹਿਮਾਨ ਨਵਾਜੀ ਇੰਜੋਏ ਕਰਦੇ ਆ। ਤੇ ਇਹ ਜਿਹੜੇ NRI ਬਾਹਰੋਂ ਆ ਕੇ ਇਹ ਵੱਡੇ ਵੱਡੇ ਮੇਲੇ ਕਰਦੇ ਆ, ਵੱਡੇ ਵੱਡੇ ਖਰਚ ਕਰਦੇ ਆ, ਤੇ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਆਉਂਦਾ ਕਿੱਥੋਂ ਹੈ। ਸੋ ਜਦੋਂ ਮੇਰੇ ਵੱਲੋਂ ਇਹ ਚਿੱਠੀ ਗਈ ਤਾਂ ਉਹ ਮੀਡੀਆ 'ਚ ਵੀ ਹਾਈਲਾਈਟ ਹੋਈ। ਇੱਕ ਬੜੇ ਸੀਨੀਅਰ IG ਰੈਂਕ ਦੇ ਆਫਿਸਰ ਨੇ ਉਹਦੀ ਇਨਕੁਆਇਰੀ ਵੀ ਕੀਤੀ, ਲੇਕਿਨ ਉਹਨਾਂ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਕਿ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ। ਤੁਹਾਡੇ ਤੁਹਾਨੂੰ ਸ਼ੱਕ ਸੀ ਕਿ ਕਿਤੇ ਨਾ ਕਿਤੇ ਤਾਰ ਜੁੜਦੇ ਆ? ਜੀ ਬਿਲਕੁਲ ਹੈ, ਨਸ਼ੇ ਦੇ ਮਾਮਲੇ, ਕਿਉਂਕਿ ਜਿਹੜਾ ਨਸ਼ਾ ਹੈਗਾ ਇਹ ਸਾਡੇ ਆਪਣੇ ਪੰਜਾਬ ਦੀ ਖੇਤੀ ਨਹੀਂ ਹੈ, ਇਹ ਬਾਹਰਲੇ ਮੁਲਕਾਂ ਤੋਂ ਆਉਂਦਾ ਹੈਗਾ, ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਮਾਫੀਆ, ਇੰਟਰਨੈਸ਼ਨਲ ਮਾਫੀਆ ਜੁੜੇ ਹੋਏ ਆ। ਜੇ ਸਾਡੀ ਸਰਕਾਰ ਚਾਹੇ, ਜੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੋਨੇ ਮਿਲ ਕੇ ਚਾਹਣ ਤਾਂ ਇਹ ਨਸ਼ਾ ਬਿਲਕੁਲ ਬੰਦ ਹੋ ਸਕਦਾ ਆ। ਲੇਕਿਨ ਇਹਨਾਂ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਹੈਗਾ ਕਿ ਚਿੱਟਾ ਅੱਜ ਕੱਲ੍ਹ ਇਲੈਕਸ਼ਨ ਕਰੰਸੀ ਬਣ ਗਿਆ ਹੈਗਾ, ਤੇ ਜੇ ਸਾਨੂੰ ਕਰੰਸੀ ਇਲੈਕਸ਼ਨਾਂ ਦੇ ਵਾਸਤੇ ਚਾਹੀਦੀ ਹੈ ਤੇ ਪੈਸੇ ਚਾਹੀਦੇ ਆ, ਬਹੁਤ ਮਹੱਤਵਪੂਰਨ ਗੱਲ ਹੈ, ਬਹੁਤ ਮਹੱਤਵਪੂਰਨ, ਤਾਂ ਸਾਡੇ ਜਿਹੜੀ ਕਿਤੇ ਨਾ ਕਿਤੇ ਵਿਲ ਪਾਵਰ ਹੈ ਉਹ ਡਗਮਗਾ ਜਾਂਦੀ ਹੈ। ਇਹ ਤੁਸੀਂ ਰਾਜਨੀਤਿਕ ਹੋ, ਜਿਹੜੀ ਲੱਧਰ ਸਾਹਿਬ ਗੱਲ ਕਰ ਰਹੇ ਕਿ ਇਲੈਕਸ਼ਨ ਕਰੰਸੀ ਬਣ ਚੁੱਕਿਆ ਜਿਹੜਾ ਚਿੱਟਾ ਆ, ਇਹਨੂੰ ਤੁਸੀਂ ਕਿੱਥੋਂ ਤੱਕ ਠੀਕ ਸਮਝਦੇ ਹੋ? ਵੇਖੋ, ਇਹ ਬਿਲਕੁਲ ਸੱਚਾਈ ਹੈ, ਲੇਕਿਨ ਕਿਉਂਕਿ ਇਹ ਜਦੋਂ ਵੀ ਬਿਊਰੋਕਰੇਸੀ ਦੇ ਵਿੱਚ ਇਹ ਆਮ ਧਾਰਨਾ ਮੈਂ ਵੇਖਦਾ ਕਿ ਬਹੁਤ ਵਧੀਆ ਕਿਤਾਬਾਂ ਵੀ ਲਿਖੀਆਂ ਜਾਂਦੀਆਂ ਤੇ ਬਹੁਤ ਵਧੀਆ ਉਸ ਤੋਂ ਬਾਅਦ ਗੱਲਾਂ ਸ਼ਸ਼ੀ ਕਾਂਤ ਜੀ ਵੀ ਕਰਦੇ ਆ, ਲੱਦੜ ਸਾਹਿਬ ਵੀ ਕਰ ਰਹੇ ਨੇ, ਜਿੰਨੇ ਵੀ ਹੋਰ DGP ਰੈਂਕ ਦੇ ਜਾਂ ਸੀਨੀਅਰ IAS ਅਫੀਸਰ ਨੇ। ਲੱਦੜ ਸਾਹਿਬ ਜੀ ਤੁਸੀਂ ਕਿਤਾਬ ਦੀ ਗੱਲ ਕਰ ਰਹੇ ਹੋ ਨਾ, ਤੇ ਲੱਦੜ ਸਾਹਿਬ ਜਦੋਂ IAS ਮੈਂ ਕਹਿ ਰਿਹਾ ਹਾਂ ਸੀਗੇ, ਉਦੋਂ ਇਹਨਾਂ ਨੇ ਕਿਤਾਬਾਂ ਉਦੋਂ ਹੀ ਕੁਲਬੀਰ ਸਿੰਘ IAS ਨੇ, ਉਹਨਾਂ ਨਾਲ ਵੀ ਅਕਸਰ ਗੱਲ ਹੁੰਦੀ ਰਹਿੰਦੀ ਹੈ। ਇਹ ਮਸਲਾ ਇਹ ਆ ਕਿ
ਕਈ ਥਾਵਾਂ ਤੇ ਬੇਵਸੀ ਏ ਜਾਂ ਇਹ ਸਾਰੀ ਗੱਲ ਗੱਲ ਠੀਕ ਨੂੰ ਹੈ ਤੁਹਾਡੀ, ਸਮਝਦੇ ਬਿਲਕੁਲ ਹੋਏ ਠੀਕ ਵੀ ਹੈ। ਉਸ ਗੱਲ ਦੇ ਉੱਤੇ ਜਿਸ ਪੱਧਰ ਦਾ ਐਕਸ਼ਨ ਹੋਣਾ ਚਾਹੀਦਾ, ਵੈਸੇ ਤਾਂ ਡਿਪਟੀ ਕਮਿਸ਼ਨਰ ਦੀ ਪਾਵਰ ਜਿਹੜੀ ਏ ਜਿਵੇਂ ਸਟੇਟ ਦਾ ਗਵਰਨਰ ਏ ਉਹ ਉਹਦੇ ਨਾਲ ਮੇਲਜੋਲ ਖਾਂਦੀ ਹੁੰਦੀ ਹੈ ਆਪਣੇ ਡਿਸਟ੍ਰਿਕਟ ਦੇ ਵਿੱਚ। ਲੇਕਿਨ ਤੁਸੀਂ ਦੇਖੋ ਇੱਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਉਹਨਾਂ ਨੇ ਪਿਛਲੇ ਦਿਨੀ ਇੱਕ ਲੈਟਰ ਕੱਢੀ ਕਿ ਸਭਿਅਕ ਤਰੀਕੇ ਦੇ ਨਾਲ ਕਿ ਆਮ ਲੋਕਾਂ ਦੇ ਵਿੱਚ ਕੋਈ ਬਹੁਤਾ ਜਿਹੜਾ ਅਧਿਕਾਰੀਆਂ ਦੇ ਵਿੱਚ ਤੇ ਆਮ ਲੋਕਾਂ 'ਚ ਕੋਈ ਫਰਕ ਨਜ਼ਰ ਨਾ ਆਵੇ, ਉਹਨਾਂ ਨੇ ਡਰੈਸ ਕੋਡ ਦੀ ਗੱਲ ਕੀਤੀ। ਉਹ ਡਰੈਸ ਕੋਡ ਦਾ ਉਸੇ ਵਕਤ ਮੁੱਖ ਮੰਤਰੀ ਨੇ ਨੋਟਸ ਲੈ ਕੇ ਤੇ ਉਹ ਡਿਪਟੀ ਕਮਿਸ਼ਨਰ ਦੇ ਆਰਡਰ ਜਿਹੜੇ ਆ ਉਹ ਕੈਂਸਲ ਕਰ ਦਿੱਤੇ। ਉਹਦਾ ਕਾਰਨ ਕੀ ਏ ਕਿ ਤੁਸੀਂ ਦੇਖੋ ਜਿੰਨੀ ਸਖਤੀ ਦੇ ਨਾਲ ਜਾਂ ਜਿੰਨੀ ਤੇਜ਼ੀ ਦੇ ਨਾਲ ਉਹ ਆਰਡਰ ਕੈਂਸਲ ਕੀਤੇ ਗਏ ਆ ਤੇ ਇਹਦਾ ਮਤਲਬ ਇਹ ਆ ਕਿ ਮੁੱਖ ਮੰਤਰੀ ਜੇ ਚਾਹਵੇ ਤਾਂ ਉਹਦਾ ਜਿਹੜੀ ਥੱਲੇ ਕੈਬਨਿਟ ਏ ਜੇ ਉਹ ਚਾਹਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ। ਮਤਲਬ ਇਹ ਆ ਕਿ ਜਿੱਥੇ ਤਾਂ ਤੁਹਾਨੂੰ ਗੱਲ ਲੱਗਦੀ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਇਹਦਾ ਜਿਹੜਾ ਫਾਇਦਾ ਡਿਪਟੀ ਕਮਿਸ਼ਨਰ ਦੇ ਜਿਹੜਾ ਜ਼ਿਲ੍ਹੇ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਅਨੇਕਾਂ ਸਮੱਸਿਆਵਾਂ ਆ, ਉਹ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਸੀ, ਬਸ ਇੱਕ ਡਰੈਸ ਕੋਡ। ਨਹੀਂ ਨਹੀਂ ਮੈਂ ਉਹੀ ਗੱਲ ਕਹਿ ਰਿਹਾ, ਉਨੀ ਸਖਤੀ ਨਾਲ ਬਾਕੀ ਸਮੱਸਿਆਵਾਂ ਨਾਲ ਉਹੀ ਗੱਲ ਮੈਂ ਕਰ ਰਿਹਾ ਕਿ ਇਹ ਜਿਹੜੇ ਮਸਲੇ ਨੇ ਇਹਨਾਂ ਮਸਲਿਆਂ ਦੇ ਉੱਤੇ ਅੱਜ ਦੇ ਸਮੇਂ 'ਚ ਤੁਸੀਂ ਦੇਖੋ ਇੱਕ SSP ਏ ਉਸ SSP ਨੇ ਪਬਲਿਕਲੀ ਕਹਿ ਦਿੱਤਾ ਕਿ ਸਾਡੇ ਮਹਿਕਮੇ 'ਚ ਕਾਲੀਆਂ ਭੇਡਾਂ ਨੇ ਤੇ ਉਹ ਕਹਿੰਦੇ ਕਿ ਅਸੀਂ ਬਿਲਕੁਲ ਔਰ ਨਾਲ ਉਹਨੇ ਸਪਸ਼ਟ ਕਹਿ ਦਿੱਤਾ ਕਿ ਮੈਨੂੰ 2 ਮਹੀਨੇ ਜੇ ਮੌਕਾ ਮਿਲ ਗਿਆ ਤੇ ਮੈਂ ਬਹੁਤ ਵੱਡਾ ਸੁਧਾਰ ਕਰਾਂਗਾ, ਪਰ 2 ਮਹੀਨਿਆਂ ਤੋਂ ਪਹਿਲਾਂ ਹੀ ਮਹੀਨਾ ਕੋਈ ਹੋਇਆ ਸੀ ਤੇ ਉਹਦੀ ਬਦਲੀ ਉੱਥੋਂ ਕਰ ਦਿੱਤੀ ਗਈ। ਇਸ ਦਾ ਮਤਲਬ ਇਹ ਆ ਕਿ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਜਿਹੜੇ STF ਦੇ ਚੀਫ ਨੇ ਪਹਿਲਾਂ ਹਰਪ੍ਰੀਤ ਸਿੰਘ ਸਿੱਧੂ ਨੂੰ ਇੱਕ ਕੇਡਰ ਬਦਲ ਕੇ ਇੱਥੇ ਲਿਆਂਦਾ ਗਿਆ ਤੇ ਇਸ ਦੇ ਇੱਕ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਮੈਂ ਉਹਨਾਂ ਨੂੰ ਜਾਣਦਾ ਵੀ ਹਾਂ ਕਿ ਉਹ ਬਹੁਤ ਵਧੀਆ ਡਿਊਟੀ ਕਰਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ, ਲੇਕਿਨ ਉਹਨਾਂ ਦੇ ਉੱਪਰ ਵੀ ਜਿਹੜਾ ਰਾਜਸੀ ਖੇਡ ਖੇਡੀ ਗਈ ਤੇ ਫਿਰ ਗੁਰਪ੍ਰੀਤ ਦਿਓ ਨੇ ਬਹੁਤ ਵਧੀਆ ਕੰਮ ਕੀਤਾ, ਉਹਨੇ ਬਹੁਤ ਸਾਰੇ ਜਿਹੜੇ ਆ ਡਰੱਗਸ ਦੇ ਨਾਲ ਜਿਹੜੇ ਮੈਡੀਕਲ ਸਟੋਰ ਸੀ ਉਹਨਾਂ ਨੂੰ ਸੀਲ ਕੀਤਾ, ਬਹੁਤ ਸਾਰੇ ਲੋਕਾਂ ਨੂੰ ਫੜਿਆ, ਇੱਕ ਵੱਡੀ ਖੇਪ ਫੜੀ ਜਿਹੜਾ ਕਿ ਉਧਰ ਮਾਲਵੇ ਏਰੀਏ ਦਾ ਇੱਕ ਵਪਾਰੀ ਸੀ ਜਿਹੜਾ ਕਿ ਉਹ ਨਸ਼ੇ ਜਿਹੜੇ ਆ ਗੋਲੀਆਂ ਦੇ ਰੂਪ ਦੇ ਵਿੱਚ ਸਿੰਥੈਟਿਕ ਜਿਹੜੇ ਆ ਉਹ ਸਾਰਾ ਕੁਝ ਉਹ ਕਰਦਾ ਸੀ। ਜਦੋਂ ਉਹਦੀ ਪ੍ਰੈਸ ਕਾਨਫਰੰਸ ਕੋਈ ਕੀਤੀ ਤੇ ਅਗਲੇ ਦਿਨ ਹੀ ਭਾਵੇਂ ਇਹਦੇ ਵਿੱਚ ਕੋਈ ਜੋੜ ਤੋੜ ਨਾ ਹੋਵੇ ਲੇਕਿਨ ਲੋਕਾਂ ਦੇ ਅੰਦਰ ਜਿਹੜੀ ਇੱਕ ਵਿਲ ਪਾਵਰ ਜਿਹੜੀ ਸਰਕਾਰ ਦੀ ਇੱਛਾ ਸ਼ਕਤੀ ਏ ਉਹਨੂੰ ਗ੍ਰਹਿਣ ਲੱਗ ਜਾਂਦਾ ਜਦੋਂ ਕਿਸੇ ਇਹੋ ਜਿਹੇ ਅਧਿਕਾਰੀ ਨੂੰ ਜਿਹਨੂੰ ਪਹਿਲਾਂ ਬੜਾ ਵਡਿਆ ਕੇ ਕਿਹਾ ਜਾਂਦਾ ਕਿ ਇਹ ਤਾਂ ਬਹੁਤ ਜਿਹੜਾ ਇਮਾਨਦਾਰ ਏ ਫਿਰ ਉਹਦੀ ਝੱਟ ਬਦਲੀ ਕਰ ਦਿੱਤੀ ਜਾਂਦੀ ਜਾਂ ਉਹਨੂੰ ਖੂੰਜੇ ਲਾ ਦਿੱਤਾ ਜਾਂਦਾ। ਸੋ ਇਹ ਮਸਲਾ ਜਿਹੜਾ ਏ ਇਹ ਆਪਣੇ ਆਪ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਜੱਟ ਦੇ ਸਿਰੀ ਦੀ, ਦੇਖੋ ਇਹ ਅੱਜ ਦੇ ਸਮੇਂ ਦੇ ਵਿੱਚ ਇਹ ਗੱਲਾਂ ਪਿਛਲੇ ਸਮੇਂ ਵਿੱਚ ਜ਼ਰੂਰ ਹੁੰਦੀਆਂ ਰਹੀਆਂ ਨੇ, ਲੇਕਿਨ ਅੱਜ ਕਿਤੇ ਵੀ ਡਿਸਕ੍ਰਿਮੀਨੇਸ਼ਨ ਹੋਵੇ ਤਾਂ ਉਸਦਾ ਤੁਰੰਤ ਨੋਟਿਸ ਲੈ ਲਿਆ ਜਾਂਦਾ। ਨਹੀਂ ਮੈਂ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕਰ ਰਿਹਾ ਸੀ, ਇਹ ਪਿੰਡਾਂ ਦੇ ਵਿੱਚ ਇੱਕ ਕਲਚਰ ਆ, ਇਹ ਕਲਚਰ ਸੀ, ਹੁਣ ਤਾਂ ਜੱਟਾਂ ਨਾ ਜੱਟ ਕੰਮ ਕਰ ਰਿਹਾ ਨਾ ਜੱਟ ਦਾ ਮੁੰਡਾ ਕੰਮ ਕਰ ਰਿਹਾ, ਅੱਜ ਤਾਂ ਜ਼ਮੀਨਾਂ ਲੀਜ਼ ਤੇ ਦਿੱਤੀਆਂ ਹੋਈਆਂ। ਜਿਹੜਾ ਜੱਟ ਏ ਜਿਹਦੇ ਕੋਲ ਕੋਈ 10-20-50-100 ਕਿੱਲਾ ਜ਼ਮੀਨ ਏ ਉਹਦਾ 100% ਦੇ ਵਿੱਚੋਂ, ਮੇਰੀ ਗੱਲ ਸੁਣੋ, 100 ਦੇ ਵਿੱਚੋਂ 80% ਪਰਿਵਾਰ ਹੁੰਦਾ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ 100 ਦੇ ਵਿੱਚੋਂ 80% ਉਹਦਾ ਪਰਿਵਾਰ ਜਿਹੜਾ ਵਿਦੇਸ਼ ਦੇ ਵਿੱਚ ਸੈੱਟ ਹੋ ਚੁੱਕਾ ਕਿਸੇ ਜ਼ਿਮੀਦਾਰ ਦਾ ਨਾਮ ਲੈ ਲਓ ਅੱਜ ਦੇ ਦੌਰ ਦੇ ਵਿੱਚ, ਤੇ ਜਿਹੜੇ ਜ਼ਿਮੀਦਾਰ ਨੇ ਉਹ ਅੱਜ ਆੜਤੀ ਬਣ ਚੁੱਕੇ ਆ, ਵਪਾਰੀ ਬਣ ਚੁੱਕੇ ਆ। ਸੋ ਖੇਤੀ ਪ੍ਰਧਾਨ ਸੂਬਾ ਜਿਹੜਾ ਹੈ ਉਹ ਦਿਨੋ ਦਿਨ ਖੇਤੀ ਦੇ ਖੇਤਰ ਦੇ ਵਿੱਚੋਂ ਬਾਹਰ ਨਿਕਲਦਾ ਜਾ ਰਿਹਾ। ਇਸੇ ਕਰਕੇ ਕਿਸਾਨਾਂ ਦੇ ਹਾਲਾਤ ਤੁਸੀਂ ਦੇਖੋ, ਮਜ਼ਦੂਰਾਂ ਦੇ ਹਾਲਾਤ ਦੇਖੋ, ਜਿਹੜੀ ਇੱਕ ਸਾਂਝ ਸੀ, ਜੇ ਆਪਾਂ ਜੱਟ ਤੇ ਸੀਰੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀ ਸਾਂਝ ਵੀ ਬੜੀ ਪਰਿਪੱਕ ਸੀ, ਉਹ ਸਾਂਝ ਅੱਜ ਕਿਤੇ ਨਜ਼ਰ ਨਹੀਂ ਆ ਰਹੀ। ਪਹਿਲਾਂ ਕੀ ਹੁੰਦਾ ਸੀ, ਕੋਈ ਮਰਡਰ ਤੱਕ ਵੀ ਹੋ ਜਾਂਦਾ ਸੀ ਤਾਂ ਉਹਦੇ 'ਚ ਵੀ ਕਹਿੰਦੇ ਸੀ ਜੇ ਜੱਟ ਏ ਤੇ ਨਾਲ ਹੁੰਦੇ ਸੀਰੀ ਵੀ ਹੋਵੇਗਾ। ਲੇਕਿਨ ਉਹ ਜਿਹੜੀ ਸਾਂਝ ਏ ਉਹ ਅੱਜ ਮਜ਼ਦੂਰੀ ਦੇ ਵੀ ਢੰਗ ਤਰੀਕੇ ਬਦਲ ਗਏ ਨੇ, ਮਜ਼ਦੂਰੀ ਦੇ ਢੰਗ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਸੀ ਉਹ ਕਈ ਵਾਰੀ ਦਿਖਾਈਆਂ ਜਾਂਦੀਆਂ ਜੀ, ਉੱਥੇ ਇਸ ਤਰ੍ਹਾਂ ਦੀ ਹਵੇਲੀ ਬਣਾ ਦਿੱਤੀ ਗਈ, ਇਸ ਤਰ੍ਹਾਂ ਦਾ ਢਾਬਾ ਬਣਾ ਦਿੱਤਾ ਗਿਆ, ਇਸ ਤਰ੍ਹਾਂ ਦਾ ਜੀ ਆ ਜੀ ਗੰਨੇ ਦੇ ਰਸ ਵਾਲੀ ਰੇਹੜੀ ਲੱਗੀ ਹੋਈ ਹੈ ਜੀ, ਇੱਕ ਕੈਨੇਡਾ ਦੇ ਵਿੱਚ ਬ੍ਰੈਂਪਟਨ 'ਚ ਉਹ ਦਿਖਾਇਆ ਜਾਂਦਾ। ਮਤਲਬ ਕਿ ਇੱਥੇ ਜਿਹੜੀ ਚੀਜ਼ਾਂ ਦੀ ਮਾਨਤਾ ਸੀ ਉਹਨੂੰ ਘਟਾ ਕੇ ਅੱਜ ਉੱਧਰ ਨੂੰ ਜਾ ਰਿਹਾ ਮਨੁੱਖ, ਕਿਤੇ ਨਾ ਕਿਤੇ ਚਾਹੁੰਦਾ ਕਿ ਮੈਂ ਪਾਸਟ ਦੇ ਵਿੱਚ ਹੀ ਚਲਾ ਜਾਵਾਂ, ਉਹ ਪਾਸਟ ਮੇਰਾ ਚੰਗਾ ਸੀ। ਗੱਲ ਇੱਕ ਬੜੀ ਇੰਪੋਰਟੈਂਟ ਜਿਹੜੀ ਹੈਗੀ ਹੈ ਉਹ ਕੀਤੀ ਹੈ, ਮੈਂ ਪਿੱਛੇ ਜਿਹੇ ਇੱਕ ਪ੍ਰੋਗਰਾਮ ਕਰ ਰਿਹਾ ਸੀ ਅਤੇ ਮੈਂ ਉਹਦੇ ਵਿੱਚ ਇਹ ਯਤਨ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕੁਛ ਵਿਦਵਾਨ ਦੋਸਤਾਂ ਤੋਂ ਕਿ ਜਿਹੜੀ ਨਸ਼ੇ ਦੀ ਸਮੱਸਿਆ ਆ ਇਹ ਇਹਦੇ ਤੋਂ ਡਰਦੇ ਹੋਏ ਬਹੁਤ ਸਾਰੇ ਮਾਪੇ ਜਿਹੜੇ ਹੈਗੇ ਬੱਚਿਆਂ ਨੂੰ +2 ਤੋਂ ਬਾਅਦ ਕੈਨੇਡਾ ਭੇਜ ਦਿੰਦੇ ਆ,
ਮੈਨੂੰ ਇਹ ਲੱਗ ਰਿਹਾ ਹੈ ਵੀ ਆਉਣ ਵਾਲੇ, ਕਿਉਂਕਿ ਇਹ ਰਿਪੋਰਟ ਦੇ ਵਿੱਚ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਪੰਜਾਬ ਦੇ ਵਿੱਚ ਜਵਾਨੀ ਜਿਹੜੀ ਅਗਲੇ 20 ਸਾਲਾਂ ਤੱਕ ਖਤਮ ਹੋ ਜਾਣੀ ਜਾਂ ਘੱਟ ਜਾਣੀ ਹੈ, ਵੀ ਜਾਂ ਤਾਂ ਨਸ਼ੇ ਦੇ ਵਿੱਚ ਜਵਾਨੀ ਖਤਮ ਹੋ ਰਹੀ ਹੈ ਅਤੇ ਜਾਂ ਮਾਪੇ ਡਰਦੇ ਜਿਹੜੇ ਹੈਗੇ ਉਹਨਾਂ ਨੂੰ ਕੈਨੇਡਾ ਭੇਜ ਰਹੇ ਆ। ਤੁਸੀਂ ਕੀ ਦੇਖ ਰਹੇ ਹੋ ਵੀ ਆਉਣ ਵਾਲੇ 20 ਸਾਲਾਂ ਨੂੰ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਕਿੰਨੇ ਕੁ ਨੌਜਵਾਨ ਸਾਨੂੰ ਨਜ਼ਰ ਆਇਆ ਕਰਨਗੇ, ਔਰ ਉਹਨਾਂ ਦੀ ਵੀ ਕਿੱਦਾਂ ਦਾ ਜਿਹੜਾ ਸਰੀਰ ਕਿੱਦਾਂ ਦਾ ਹੋਊਗਾ? ਮਦਨਦੀਪ ਜੀ, ਮੈਂ ਇਹ ਸਮਝਦਾ ਕਿ ਕਿਉਂਕਿ ਮੈਂ ਰੀਸੈਂਟਲੀ ਪੰਜਾਬ ਸਰਕਾਰ ਵਿੱਚ ਪ੍ਰਿੰਸੀਪਲ ਸੈਕਟਰੀ NRI ਅਫੇਅਰਸ ਦੇ ਅਹੁਦੇ ਤੋਂ ਰਿਟਾਇਰ ਹੋਇਆ ਜੀ, ਔਰ ਮੈਂ ਡਿਵੀਜ਼ਨਲ ਕਮਿਸ਼ਨਰ ਜਲੰਧਰ ਵੀ ਰਿਹਾ, ਔਰ NRI ਦਾ ਗੜ੍ਹ ਹੈਗਾ ਜੀ। NRI ਦੇ ਨਾਲ ਮੈਂ ਕਾਫੀ ਵਾਸਤਾ ਰਿਹਾ ਹੈਗਾ। ਪੰਜਾਬ ਦੇ ਵਿੱਚ ਲਗਭਗ 1.5 ਲੱਖ ਨੌਜਵਾਨ ਹਰ ਸਾਲ ਸਾਡੇ ਪੰਜਾਬ ਚੋਂ ਬਾਹਰ ਜਾ ਰਿਹਾ, ਭਾਵੇਂ ਉਹ ਆਪਣਾ ਪੜ੍ਹਾਈ ਦਾ ਬਹਾਨਾ ਲਾ ਕੇ ਜਾ ਰਿਹਾ, ਭਾਵੇਂ ਕਿਸੇ ਹੋਰ ਬਹਾਨੇ ਜਾ ਰਿਹਾ। ਇਹ ਸਿਰਫ ਯੂਰਪ ਜਾਂ ਅਮਰੀਕਾ ਜਾਂ ਕੈਨੇਡਾ ਦੇ ਅੰਕੜੇ ਹੈ ਜੀ, ਇਸ ਤੋਂ ਇਲਾਵਾ ਜਿਹੜੇ ਲੇਬਰ ਵਾਲਿਆਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜੇ ਗਲਫ ਵਾਲੇ ਆ ਉਹ ਅਲੱਗ ਹੈ, ਉਹ ਅਲੱਗ ਹੈ। ਤਾਂ ਇਹਨਾਂ ਦੇ ਵਿੱਚ ਜਿਹੜਾ ਨੌਜਵਾਨ ਹੈ ਉਹ ਬਹੁ ਗਿਣਤੀ ਜਿਹੜਾ ਹੈਗਾ ਸਾਡਾ ਜਿਹੜਾ ਜੱਟ ਪਰਿਵਾਰ ਹੈ ਉਹਨਾਂ ਦੇ ਨੌਜਵਾਨ ਜਾ ਰਹੇ ਆ, ਔਰ 30-35% ਦਲਿਤ ਨੌਜਵਾਨ ਵੀ ਜਾ ਰਹੇ ਆ। ਤਾਂ ਇਹਨਾਂ ਦਾ ਜਾਣ ਦਾ ਜਿਹੜਾ ਮੁੱਖ ਕਾਰਨ ਹੈਗਾ ਆ ਉਹ ਸਾਡੀ ਸਰਕਾਰ, ਨਾ ਪਹਿਲੀ ਸਰਕਾਰ ਨਾ ਮੌਜੂਦਾ ਸਰਕਾਰ ਇਹਨੂੰ ਸੰਜੀਦਗੀ ਦੇ ਨਾਲ ਕਦੇ ਵੀ ਵਿਚਾਰ ਨਹੀਂ ਕਰਦੀ ਕਿ ਇਹ ਨੌਜਵਾਨ ਕਿਉਂ ਜਾ ਰਹੇ ਆ। ਅਸੀਂ ਭਾਵੇਂ ਘਰ ਘਰ ਰੁਜ਼ਗਾਰ ਦਾ ਨਾਰਾ ਲਾਈਏ, ਭਾਵੇਂ ਅਸੀਂ ਕੋਈ ਹੋਰ ਇੰਪਲਾਇਮੈਂਟ ਦੇਣ ਦੀ ਗੱਲ ਕਰੀਏ, ਪਰ ਇੰਪਲਾਇਮੈਂਟ ਬੇਸਿਕਲੀ ਕੋਈ ਮਿਲ ਨਹੀਂ ਰਹੀ ਨੌਜਵਾਨਾਂ ਨੂੰ, ਜਿਸ ਕਰਕੇ ਨੌਜਵਾਨ ਨਸ਼ਿਆਂ ਤੋਂ ਵੀ ਇੱਥੋਂ ਜਿਹੜੇ ਮਾਂ ਪਿਓ ਆ ਉਹ ਡਰਦੇ ਆ ਕਿ ਬੱਚੇ ਨੂੰ ਕਿਤੇ ਨਾ ਕਿਤੇ ਆਪਾਂ ਬਾਹਰਲੇ ਮੁਲਕ 'ਚ ਭੇਜ ਦਾਂਗੇ, ਕੁਛ ਪੜ੍ਹ ਲਏਗਾ ਜਾਂ ਕਿਤੇ ਨੌਕਰੀ ਕਰ ਲਏਗਾ ਜਾਂ ਕੋਈ ਕੰਮ ਕਾਰ ਕਰ ਲਏਗਾ, ਤਾਂ ਇੱਥੋਂ ਨਸ਼ਿਆਂ ਤੋਂ ਬਚ ਜਾਏਗਾ। ਇੱਕ ਇਹ ਵੱਡਾ ਕਾਰਨ ਹੈ। ਪਰ ਇਹਦੇ 'ਚ ਇੱਕ ਇਹ ਵੀ ਦੱਸਣ ਦਾ ਯਤਨ ਕਰੋ ਵੀ ਕੈਨੇਡਾ ਦੇ ਵਿੱਚ ਕੀ ਨਸ਼ੇ ਤੋਂ ਨੌਜਵਾਨ ਮਤਲਬ ਬਚਿਆ ਰਹਿੰਦਾ ਹੈ ਵਾਕਿਆ? ਮਦਨਦੀਪ ਜੀ, ਨਸ਼ੇ ਪੰਜਾਬੀ ਨੌਜਵਾਨ ਉੱਥੇ ਵੀ ਗ੍ਰਸਤ ਹੈ, ਜਿਹੜੇ ਉੱਥੇ ਦੇ ਕੋਈ 10-20-25 ਸਾਲ ਪਹਿਲਾਂ ਦੇ ਮਾਂ ਪਿਓ ਗਏ ਹੋਏ ਆ ਉਹਨਾਂ ਦੇ ਬੱਚੇ ਵੀ ਨਸ਼ਾ ਕਰਦੇ ਆ, ਔਰ ਜਿਹੜੇ ਨਵੇਂ ਬੱਚੇ ਜਾਂਦੇ ਹੈਗੇ ਆ ਉਹਨਾਂ ਦੇ ਵਿੱਚ ਇਹ ਰੁਝਾਨ ਘੱਟ ਹੈ, ਸਮਰੱਥਾ ਨਹੀਂ ਹੈਗੀ, ਔਰ ਉਹਨਾਂ ਦਾ ਉੱਥੇ ਇਸ ਕੈਰੀਅਰ ਸੈੱਟ ਕਰਨ ਦਾ ਜ਼ਿਆਦਾ ਰੁਝਾਨ ਹੁੰਦਾ ਕਿ ਅਸੀਂ ਸੈੱਟ ਹੋ ਜਾਈਏ। ਬਿਲਕੁਲ। ਤਾਂ ਲੇਕਿਨ ਇਹਦੇ ਵਿੱਚ ਇਹਨਾਂ ਦਾ ਜਿੱਥੇ ਮੈਂ ਤੁਹਾਨੂੰ ਪਹਿਲਾਂ ਗੱਲ ਸ਼ੁਰੂਆਤ 'ਚ ਕੀਤੀ ਹੈ ਕਿ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ, ਪਰ ਸਰਕਾਰ ਨਾ ਤਾਂ ਸੈਂਟਰਲ ਗੌਰਮੈਂਟ ਨਾ ਸਟੇਟ ਗੌਰਮੈਂਟ ਆਪਣਾ ਜ਼ਿੰਮੇਵਾਰੀ ਸੰਜੀਦਗੀ ਦੇ ਨਾਲ ਨਹੀਂ ਨਿਭਾ ਰਹੀਆਂ, ਇਹਨਾਂ ਦਾ ਧਿਆਨ ਕਿਸੇ ਨਾ ਕਿਸੇ ਹੋਰ ਪਾਸੇ ਰਹਿੰਦਾ ਆ। ਸੰਵਿਧਾਨ ਜਦੋਂ ਲਿਖਿਆ ਗਿਆ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਜਦੋਂ ਸੰਵਿਧਾਨ ਸੌਂਪਿਆ ਸੀ ਤਾਂ 3 ਤਰ੍ਹਾਂ ਦੇ ਜਸਟਿਸ ਦੀ ਗੱਲ ਕੀਤੀ ਸੀ ਕਿ ਇਹ ਹਰ ਸਿਟੀਜ਼ਨ ਨੂੰ, ਇੰਡੀਅਨ ਸਿਟੀਜ਼ਨ ਨੂੰ ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ ਜਸਟਿਸ ਦਿੱਤਾ ਜਾਏਗਾ। ਪੋਲੀਟੀਕਲ ਜਸਟਿਸ ਤਾਂ ਮਿਲ ਗਿਆ ਕਿ ਵੀ ਇੱਕ ਵੋਟ ਇੱਕ ਵੈਲਿਊ, ਹਰ ਕੋਈ ਇਨਸਾਨ ਕਿਸੇ ਵੀ ਅਹੁਦੇ ਤੇ ਪਹੁੰਚ ਸਕਦਾ, ਲੇਕਿਨ ਸੋਸ਼ਲ ਤੇ ਇਕਨੋਮਿਕ ਜਸਟਿਸ ਅੱਜ ਵੀ ਨਹੀਂ ਮਿਲਿਆ। ਕੀ ਸੈਂਟਰ ਗੌਰਮੈਂਟ ਨੇ ਜਾਂ ਕਿਸੇ ਸਟੇਟ ਗੌਰਮੈਂਟ ਨੇ ਸੰਵਿਧਾਨ ਦੀ ਇੰਪਲੀਮੈਂਟੇਸ਼ਨ ਦੇ ਵਾਸਤੇ ਕਦੇ ਕੋਈ ਕਮੇਟੀ ਬਣਾਈ? ਸੌ ਸਾਰੇ ਸੰਵਿਧਾਨ ਦੀ ਖਾਂਦੇ ਆ ਕਿ ਜੀ ਸੰਵਿਧਾਨ ਦੇ ਮੁਤਾਬਕ ਕੰਮ ਕਰਾਂਗੇ। ਸੰਵਿਧਾਨ ਨੂੰ ਸਾਡੇ ਇੰਡੀਆ ਦੇ ਵਿੱਚ 27 ਕਰੋੜ, ਜਿਹੜਾ ਕਿ ਬਹੁਤ ਵੱਡੀ ਗਿਣਤੀ ਹੈ, 27 ਕਰੋੜ ਇਹੋ ਜਿਹੀ ਪਾਪੂਲੇਸ਼ਨ ਹੈ ਜਿਨ੍ਹਾਂ ਦੇ ਕੋਲ 2 ਵਕਤ ਦੀ ਰੋਟੀ ਖਾਣ ਨੂੰ ਨਹੀਂ ਹੈ, ਬਿਲੋ ਪਾਵਰਟੀ ਲਾਈਨ ਹੈ। ਅਜੇ ਪੰਜਾਬ ਵੀ 100% ਡੈਫੀਕੇਸ਼ਨ ਫ੍ਰੀ ਨਹੀਂ ਹੋਇਆ, ਭਾਵ ਅਜੇ ਟੋਇਲਟਸ ਨਹੀਂ ਸਾਡੇ ਕੋਲ ਹੈਗੀਆਂ, ਸਾਡਾ ਪਾਣੀ ਤਬਾਹ ਹੋ ਗਿਆ, ਸਾਡੀ ਜ਼ਮੀਨ ਤਬਾਹ ਹੋ ਗਈ ਹੈ, ਸਾਡਾ ਸਾਡਾ ਸਾਰਾ ਆਪਣਾ ਜਿਹੜਾ ਪੰਜਾਬ ਰੇਗਿਸਤਾਨ ਬਣਦਾ ਜਾ ਰਿਹਾ ਹੈਗਾ, ਲੇਕਿਨ ਸਾਡੀ ਪੋਲਿਸੀ ਕਿੱਥੇ ਹੈ? ਸਾਡੇ ਨਸ਼ਿਆਂ ਦੇ ਵਿੱਚ ਨੌਜਵਾਨ ਗ੍ਰਸਤ ਹੋ ਰਿਹਾ ਹੈਗਾ, ਸਾਡਾ ਜਿਹੜਾ ਸਾਡੀਆਂ ਸਕੀਮਾਂ ਕਿੱਥੇ ਹੈਗੀਆਂ? ਸਾਡਾ ਰਾਦਰ ਮੈਂ ਸਮਝਦਾ ਹੈਗਾ ਕਿ ਦਲਿਤ ਤਾਂ ਖਾਸ ਕਰਕੇ ਪੀੜੇ ਜਾ ਰਹੇ ਆ। ਅੱਜ ਦੀ ਅਖਬਾਰ ਦੇ ਵਿੱਚ ਹੀ ਹੈਗਾ ਕਿ ਜਿਹੜੇ PCS ਜੁਡੀਸ਼ੀਅਲ ਦੇ ਵਿੱਚ ਭਰਤੀ ਹੋਣਗੇ ਉਹਨਾਂ ਦੇ ਜਿਹੜੇ ਗਿਣਤੀ ਦੇ ਆਪਣੇ ਮੌਕੇ ਆ ਉਹ ਵੀ ਚਾਰ ਕਰ ਦਿੱਤੇ ਗਏ ਹੈਗੇ ਆ। ਕਿਉਂ ਬਈ, ਕੀ ਤਕਲੀਫ ਹੈ? ਜਦੋਂ ਸਾਡਾ ਪੰਜਾਬ ਤੇ ਹਰਿਆਣਾ ਬਣਿਆ ਸੀ ਉਸ ਵੇਲੇ ਦਲਿਤਾਂ ਨੂੰ, ਸ਼ਡਿਊਲ ਕਾਸਟਾਂ ਨੂੰ 25% ਰੈਜ਼ਰਵੇਸ਼ਨ ਸੀ। ਉਦੋਂ ਰੈਜ਼ਰਵੇਸ਼ਨ ਜਿਹੜੀ ਹਰਿਆਣਾ ਪਾਰਟ ਅਲੱਗ ਹੋ ਗਿਆ ਤਾਂ ਉੱਥੇ ਘੱਟ ਗਿਣਤੀ ਦੇ ਲੋਕੀ ਸੀਗੇ, ਉੱਧਰ SC ਲੋਕ ਘੱਟ ਸੀਗੇ, ਉਹਨਾਂ ਨੇ 20% ਘਟਾ ਕੇ ਕਰਤੀ ਜਿੰਨੀ ਪਾਪੂਲੇਸ਼ਨ ਸੀ। ਸਾਡੀ ਪਾਪੂਲੇਸ਼ਨ ਵੱਧ ਕੇ 29% ਹੋ ਗਈ ਰਹਿੰਦੇ ਪੰਜਾਬ ਦੀ, ਲੇਕਿਨ ਇਹਨਾਂ ਨੇ 25 ਰੱਖੀ। ਹੁਣ ਰਾਏ ਸਿੱਖ ਆ ਕੇ ਐਡ ਹੋ ਗਏ ਆ, ਸਾਡੀ ਸੈਂਸਸ ਦੇ ਮੁਤਾਬਕ 31.96% ਪਾਪੂਲੇਸ਼ਨ ਹੈ ਦਲਿਤਾਂ ਦੀ ਜਾਂ ਸ਼ਡਿਊਲ ਕਾਸਟਾਂ ਦੀ, ਲੇਕਿਨ ਰੈਜ਼ਰਵੇਸ਼ਨ ਅੱਜ ਵੀ 25% ਹੈ।
ਸੋ ਸਰਕਾਰ ਜਿੱਥੇ ਗਰੀਬ ਦੀ ਗੱਲ ਆਉਂਦੀ ਹੈ, ਜਿੱਥੇ ਸ਼ਡਿਊਲਡ ਕਾਸਟ ਦੀ ਗੱਲ ਆਉਂਦੀ ਹੈ, ਉੱਥੇ ਕਿਤੇ ਨਾ ਕਿਤੇ ਕੁਹਾੜਾ ਗਰੀਬਾਂ 'ਤੇ ਚੱਲਦਾ ਹੈ। ਲੰਦਰ ਸਾਹਿਬ, ਬ੍ਰੇਕ ਦਾ ਵੇਲਾ ਹੋ ਰਿਹਾ, ਇਸ ਤੋਂ ਬਾਅਦ ਅਸੀਂ ਆ ਕੇ ਮੈਂ ਪੀਰ ਮੁਹੰਮਦ ਹੁਣ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੂੰਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣ ਰਹੇ ਆ, ਅਗਲੀ ਤਸਵੀਰ ਪੰਜਾਬ ਦੀ ਇਹ ਕਿਹੜੀ ਕਿਵੇਂ ਦੇਖ ਰਹੇ ਆ। ਦੂਸਰਾ, ਅਸੀਂ ਤੁਹਾਡੇ ਤੋਂ ਮੈਂ ਇਹ ਜਾਣਨ ਦਾ ਵੀ ਯਤਨ ਕਰੂੰਗਾ ਕਿ ਜਿਸ ਤਰ੍ਹਾਂ ਨੌਰਥ ਇੰਡੀਆ ਦੇ ਸਾਰੇ ਮੁੱਖ ਮੰਤਰੀਆਂ ਨੇ ਇਹ ਫੈਸਲਾ ਕੀਤਾ ਇਕੱਠੇ ਹੋ ਕੇ ਕਿ ਅਸੀਂ ਨਸ਼ੇ ਦੇ ਖਿਲਾਫ ਸਾਂਝੀ ਲੜਾਈ ਵਿੱਢੀਏ, ਕਿ ਇਹ ਕਾਫੀ ਹੈ, ਇਹਦੇ ਵਿੱਚ ਸੈਂਟਰ ਗੌਰਮੈਂਟ ਦੀ ਕੀ ਭੂਮਿਕਾ ਹੋਣੀ ਚਾਹੀਦੀ, ਇਹਦੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਤੁਸੀਂ ਬਣੇ ਰਹੋ ਬ੍ਰੇਕ ਦਾ ਵੇਲਾ, ਬ੍ਰੇਕ ਤੋਂ ਬਾਅਦ ਅਸੀਂ ਆ ਕੇ ਇਹ ਸਾਰੇ ਮੁੱਦਿਆਂ 'ਤੇ ਵਿਚਾਰ ਕਰਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਸਲੇ 'ਚ। ਕਿਰਮਮ ਜੀ, ਇੱਕ ਗੱਲ ਦੱਸੋ, ਜਿਵੇਂ ਪਿੰਡਾਂ ਦੇ ਵਿੱਚ ਆਪਾਂ ਲਗਾਤਾਰ ਪਿਛਲੇ ਦਿਨਾਂ ਤੋਂ ਇਹ ਖਬਰਾਂ ਪੜ੍ਹ ਰਹੇ ਹਾਂ ਕਿ ਜਿਵੇਂ ਜਿਵੇਂ ਨੌਜਵਾਨ ਜਿਹੜੇ ਹੈਗੇ ਆ ਉਹ ਮਰ ਰਹੇ ਆ ਓਵਰਡੋਜ਼ ਲੈ ਕੇ ਜਾਂ ਨਸ਼ੇ ਦੀ ਘਾਟ ਕਰਕੇ ਖੁਦਕੁਸ਼ੀਆਂ ਕਰ ਰਹੇ ਆ, ਇਹਨੂੰ ਦੇਖਦਿਆਂ ਜਿਸ ਤਰ੍ਹਾਂ ਦੀ ਅਫਰਾ ਤਫਰੀ ਦਾ ਮਾਹੌਲ ਪੰਜਾਬ 'ਚ ਬਣ ਚੁੱਕਿਆ ਹੈ, ਔਰ ਜਿਸ ਤਰ੍ਹਾਂ ਆਪ ਖੁਦਰੀਆਂ ਘਟਨਾਵਾਂ ਵੀ ਹੋ ਰਹੀਆਂ, ਫੜ ਫੜ ਕੇ ਕੁੱਟਮਾਰ ਹੋ ਰਹੀ ਹੈ, ਇਹਨੂੰ ਤੁਸੀਂ ਕਿੱਧਰ ਨੂੰ ਜਾਂਦਾ ਦੇਖ ਰਹੇ ਹੋ ਸਾਰੀਆਂ ਘਟਨਾਵਾਂ ਨੂੰ? ਦੇਖੋ, ਇਸ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਨੇ ਬੜੀਆਂ ਮੰਦਭਾਗੀਆਂ ਨੇ, ਪਰ ਇਹਨਾਂ ਨੂੰ ਰੋਕਣ ਲਈ ਇੱਕ ਤਾਂ ਸਾਨੂੰ ਬੇਵਸੀ ਦਾ ਰਾਹ ਜਿਹੜਾ ਉਹ ਛੱਡਣਾ ਪਵੇਗਾ। ਸਾਨੂੰ ਆਪਣੇ ਆਪ ਜਿਹੜਾ ਇੱਕ ਚੰਗਾ ਢੰਗ ਤਰੀਕਾ ਅਪਣਾਉਣ ਲਈ ਵੱਧ ਤੋਂ ਵੱਧ ਜਿਹੜੀਆਂ ਸਿੱਖਿਆਵਾਂ ਨੇ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀਆਂ ਨੇ, ਉਸ ਨੂੰ ਆਪਣੇ ਉੱਪਰ ਲਾਗੂ ਕਰਨਾ ਪਵੇਗਾ। ਉਹ ਤਾਂ ਪ੍ਰਭਾਵ ਹੈ ਨਹੀਂ, ਉਹ ਤਾਂ ਮੈਂ ਸਰਕਾਰ ਨਹੀਂ, ਮੈਂ ਦੱਸਦਾ ਕਿ ਜਦੋਂ ਅਸੀਂ ਧਾਰਮਿਕ ਤੌਰ ਦੇ ਉੱਤੇ ਉਸ ਪਾਸੇ ਵੱਲ ਸਾਡਾ ਝੁਕਾਅ ਜਿਹੜਾ ਜਿੰਨਾ ਵਧੇਗਾ, ਜਿਵੇਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਜੀ, ਪਰ ਉਹਨੂੰ ਮਨਾਉਣ ਲਈ ਭਾਈ ਲਾਲੋ ਬਹੁਤ ਘੱਟ ਨੇ ਤੇ ਮਲਕ ਭਾਗੋ ਜਿਹੜੇ ਆ ਉਹ ਸਾਰੇ ਅੱਗੇ ਆ ਗਏ ਨੇ, ਤੇ ਉਹ ਵੱਡੇ ਵੱਡੇ ਨਗਰ ਕੀਰਤਨ ਜਲੂਸ ਤੇ ਬੜਾ ਕੁਝ ਚੰਗੇ ਪਦਾਰਥ ਉਹ ਸਾਰਾ ਕੁਝ ਉਹ ਕਰਨਗੇ, ਤੇ ਜਿਹੜਾ ਗੁਰੂ ਦੀ ਗੋਲਕ ਦੇ ਵਿੱਚ ਜਿਹੜਾ ਇੱਕ ਇੱਕ ਪੈਸਾ ਜਿਹੜਾ ਕਿਸੇ ਗਰੀਬ ਨੇ ਵੀ ਪਾਉਣਾ, ਤੇ ਜਿਹੜਾ ਇੱਕ ਸ਼ਬਦ ਵਰਤਿਆ ਗਿਆ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਪਰ ਇੱਥੇ ਕੀ ਹੈ ਕਿ ਗੁਰੂ ਦੀ ਗੋਲਕ ਅਮੀਰਾਂ ਦਾ ਮੂੰਹ ਬਣ ਜਾਏਗਾ, ਕਿ ਉੱਥੋਂ ਕਰੋੜਾਂ ਰੁਪਏ ਜਿਹੜੇ ਆ ਲੁੱਟ ਕੇ ਆ। ਪਿਛਲੇ ਦਿਨੀ ਜਿਹੜੀ NRI ਸਰਾ ਹੈ, ਸਾਰਾਗੜੀ ਸਰਾ, ਉਹਦੀ ਇੱਕ ਰਿਪੋਰਟ ਇੱਕ ਨੌਜਵਾਨ ਦੱਸ ਰਿਹਾ ਸੀ ਕਿ ਕਿਸ ਤਰੀਕੇ ਨਾਲ ਉੱਥੇ ਕੰਟਰੈਕਟ ਕੀਤਾ ਜਾਂਦਾ ਤੇ ਕਿਵੇਂ ਲੁੱਟ ਕਸੁੱਟ ਉੱਥੇ ਹਰ ਦਿਨ ਹੁੰਦੀ ਹੈ। ਸੋ ਇਹ ਜਿਹੜਾ ਢੰਗ ਤਰੀਕਾ ਕਿ ਗੁਰੂ ਪਾਤਸ਼ਾਹ ਦਾ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਆਇਆ ਤਾਂ ਉਸ ਦਾ ਫਾਇਦਾ ਪੂਰੇ ਪੰਜਾਬ ਨੂੰ ਨਹੀਂ, ਪੂਰੀ ਕਾਇਨਾਤ ਨੂੰ ਮਿਲਣਾ ਚਾਹੀਦਾ ਸੀ, ਤੇ ਇਸ ਮੌਕੇ ਦੇ ਉੱਤੇ ਇੱਕ ਅਹਿਦ ਕੀਤਾ ਜਾਣਾ ਚਾਹੀਦਾ ਸੀ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਪਿੰਡਾਂ ਦੇ ਵਿੱਚ, ਹੁਣ ਦੇਖੋ 12,800 ਦੇ ਕਰੀਬ ਪਿੰਡ ਨੇ, ਤੇ ਹਰ ਪਿੰਡ ਦੇ ਵਿੱਚੋਂ 5 ਤੋਂ ਲੈ ਕੇ 40-50-60 ਬੰਦੇ ਜਿਹੜੇ ਆ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਪਹੁੰਚੇ ਹੋਏ ਨੇ, ਤਾਂ ਉਹਨਾਂ ਨੂੰ ਹਰ ਵਕਤ ਫਿਕਰ ਰਹਿੰਦਾ ਪੰਜਾਬ ਦਾ। ਉਹ NRI ਭੈਣ ਭਰਾ ਕਹਿੰਦੇ ਨੇ ਜੀ ਸਾਡਾ ਪੰਜਾਬ ਲੁੱਟਿਆ ਗਿਆ, ਬਰਬਾਦ ਹੋ ਗਿਆ। ਉਹਨਾਂ ਨੇ ਬੜੀ ਸਪੋਰਟ ਕੀਤੀ ਆਮ ਆਦਮੀ ਪਾਰਟੀ ਨੂੰ, ਅਰਬਾਂ ਰੁਪਏ ਜਿਹੜੇ ਆ ਡੋਨੇਸ਼ਨ ਦੇ ਨਾਂ ਦੇ ਉੱਤੇ ਉਹਨਾਂ ਨੇ ਖਰਚ ਕੀਤੇ, ਲੇਕਿਨ ਕੁਝ ਨਹੀਂ ਨਿਕਲਿਆ। ਤੇ ਮੈਂ ਉਹਨਾਂ ਨੂੰ ਹਰ ਡਿਬੇਟ ਦੇ ਵਿੱਚ ਅੱਗੇ ਪਹਿਲਾਂ ਵੀ ਤੁਸੀਂ ਵੇਖਿਆ ਹੋਵੇਗਾ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪਿੰਡਾਂ ਨੂੰ ਅਪਣਾਓ, ਇੱਕ ਇੱਕ ਪਿੰਡ ਨੂੰ, ਜੇ ਇੱਕ ਇੱਕ NRI ਭੈਣ ਭਰਾ ਜਿਹੜੇ ਨੇ ਉਹ ਅਪਣਾ ਲੈਣ, ਉੱਥੋਂ ਦੇ ਸਕੂਲ, ਹੈਲਥ, ਜਿਹੜੀ ਐਜੂਕੇਸ਼ਨ ਦਾ ਸਿਸਟਮ ਹੈ ਤੇ ਜੋ ਸੀਵਰੇਜ ਦਾ ਸਿਸਟਮ ਹੈ, ਜੋ ਇੱਕ ਅਸੀਂ ਚਾਹੁੰਦੇ ਹਾਂ ਕਿ ਜੋ ਸਿੰਗਾਪੁਰ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਵੱਖ ਵੱਖ ਦੇਸ਼ਾਂ ਦੇ ਵਿੱਚ ਅਸੀਂ ਉੱਥੋਂ ਦੀਆਂ ਉਦਾਹਰਨਾਂ ਦਿੰਦੇ ਹਾਂ, ਉਹ ਸਾਡੇ ਪਿੰਡਾਂ ਦੇ ਵਿੱਚ 1947 ਤੋਂ ਲੈ ਕੇ 2019 ਦਾ ਐਂਡ ਆ ਗਿਆ ਕਿ ਗਲੀਆਂ ਨਾਲੀਆਂ ਨਹੀਂ ਠੀਕ ਹੋ ਸਕੀਆਂ ਪਿੰਡਾਂ ਦੇ ਵਿੱਚ। ਆ ਪਿਛਲੇ ਦਿਨ ਬਠਿੰਡੇ ਦੇ ਵਿੱਚ ਕੀ ਹੋਇਆ, ਸ਼ਹਿਰਾਂ ਦੇ ਹਾਲਾਤ ਹੈ ਕਿ ਸੀਵਰੇਜ ਇੰਨਾ ਗਲਤ ਹੋ ਗਿਆ ਕਿ ਉੱਥੇ ਬਾਦਲ ਪਰਿਵਾਰ ਨੇ ਵੀ ਬੜੇ ਦਮਕੇ ਜਿਹੇ ਮਾਰੇ, ਕੈਪਟਨ ਦੇ ਆਪਣੇ ਸ਼ਹਿਰ ਦੇ ਵਿੱਚ ਪਟਿਆਲਾ ਜਿਹੜਾ ਉਹ ਡੁੱਬ ਗਿਆ। ਤਾਂ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਇੰਨੀ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਇੰਨੀਆਂ ਗਰਾਂਟਾਂ, ਇੰਨਾ ਪੈਸਾ ਆਇਆ, ਉਹ ਕਿੱਧਰ ਚਲਾ ਜਾਂਦਾ? ਉਹ ਸਿਰਫ ਤੇ ਸਿਰਫ ਰਿਸ਼ਵਤਖੋਰੀ ਔਰ ਇਹ ਆਪਣੇ ਚਹੇਤਿਆਂ ਤੱਕ ਉਹਨੂੰ ਪਹੁੰਚਾਉਣ ਵਾਸਤੇ ਇਹ ਇੱਕ ਇੱਕ ਪਿੰਡ ਨੂੰ ਇਹਨਾਂ ਨੇ ਗਰਾਂਟਾਂ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ,
3-3 crore ਰੁਪਏ ਦੀ ਗ੍ਰਾਂਟ ਇੱਕ ਇੱਕ ਪਿੰਡ ਦੇ ਵਿੱਚ ਲੰਬੀ ਬਲਾਕ ਦੇ ਵਿੱਚ ਇਹਨਾਂ ਨੇ ਦਿੱਤੀ, ਲੇਕਿਨ ਉਹਨਾਂ ਪਿੰਡਾਂ ਦੇ ਵਿੱਚ ਮੈਂ ਪਿਛਲੇ ਦਿਨ ਹੀ ਦੌਰਾ ਕੀਤਾ, ਉਹਨਾਂ ਪਿੰਡਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਇੰਜ ਲੱਗਦਾ ਜਿਵੇਂ ਉਜੜੇ ਹੋਏ ਪਿੰਡ ਹੁੰਦੇ ਆ। ਪਤਾ ਨੀ ਉਹ ਪੈਸਾ ਕਿੱਥੇ ਇਹਨਾਂ ਨੇ ਸੁੱਟ ਦਿੱਤਾ, ਕਿੱਥੇ ਲੈ ਗਏ ਸੇਮ ਦੇ ਨਾਂ ਦੇ ਉੱਤੇ ਜੇ ਅਸੀਂ ਸੇਮ। ਮਤਲਬ ਕਿ ਜਵਾਨੀ ਨੂੰ ਬਚਾਉਣ ਦਾ ਜਿਹੜਾ ਹੈ, ਮੈਂ ਕਹਿੰਦਾ ਕਿ ਜਵਾਨੀ ਤੇ ਕਿਸਾਨੀ ਇਹ ਬਰਬਾਦ ਹੋ ਰਹੀ ਹੈ, ਤੇ ਇਹਦੇ ਲਈ ਆਮ ਲੋਕਾਂ ਨੂੰ ਇਕੱਠੇ ਹੋ ਕੇ ਤੇ ਉਹਨਾਂ ਸਾਰਿਆਂ ਨੂੰ ਜਿਹਨਾਂ ਨੂੰ ਫਿਕਰ ਹੈ ਪੰਜਾਬ ਦਾ, ਚਾਹੇ ਉਹ ਬਿਊਰੋਕਰੇਟ ਨੇ, ਚਾਹੇ ਉਹ ਆਪਣੇ ਆਮ ਲੋਕ ਨੇ, ਚਾਹੇ ਉਹ ਸਮਾਜ ਸੇਵੀ ਨੇ, ਚਾਹੇ ਜਿਹੜੇ ਉਹ ਸੰਤ ਬਾਬੇ ਨੇ ਜਿਵੇਂ ਸੀਚੇਵਾਲ ਨੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਨੇ, ਜਿਨ੍ਹਾਂ ਦਾ ਸਮਾਜ ਦੇ ਵਿੱਚ ਕੋਈ ਸਤਿਕਾਰ ਹੈ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਹੱਥੇ ਵਾਗਡੋਰ ਲੈਣੀ ਪਵੇਗੀ, ਤਾਂ ਜਾ ਕੇ ਬੇਵਸੀ ਦੇ ਆਲਮ ਚੋਂ ਅਸੀਂ ਤਾਂ ਬਾਹਰ ਨਿਕਲ ਸਕਦੇ ਹਾਂ। ਲਲਿਤ ਸਾਹਿਬ ਇੱਕ ਦੱਸੋ, ਪਿੱਛੇ ਜਿਹੇ ਸਾਡੇ ਜਿਹੜੇ ਨੌਰਥ ਇੰਡੀਆ ਦੇ ਜਿਹੜੇ ਖਾਸ ਕਰਕੇ ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਔਰ ਪੰਜਾਬ, ਇਹਨਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਸਰਕਾਰਾਂ ਨੇ, ਮੁੱਖ ਮੰਤਰੀਆਂ ਨੇ, ਕਿ ਅਸੀਂ ਨਸ਼ੇ ਦੇ ਖਿਲਾਫ਼ ਇੱਕ ਸਾਂਝੀ ਰਣਨੀਤੀ ਦੇ ਤਹਿਤ ਕੰਮ ਕਰਾਂਗੇ। ਕੀ ਇਹ ਕਾਫ਼ੀ ਹੈ ਜਾਂ ਇਹਦੇ 'ਚ ਸੈਂਟਰ ਗੌਰਮੈਂਟ ਦੀ ਭੂਮਿਕਾ ਤੋਂ ਬਗੈਰ ਮੈਂ ਸਮਝਦਾ ਕਿ ਮੈਨੂੰ ਲੱਗਦਾ ਮਤਲਬ ਸੰਭਵ ਨਹੀਂ ਹੋ ਸਕਦਾ ਨਸ਼ਿਆਂ 'ਤੇ ਕੰਟਰੋਲ ਕਰਨਾ। ਮਦਨਦੀਪ ਜੀ, ਦੇਖੋ ਜਿਹੜੀ ਮੀਟਿੰਗ ਕਰਨੀ ਆ ਉਹ ਉਹਦੇ ਵਿੱਚ ਇਸ ਗੱਲ ਦੀ ਸੰਜੀਦਗੀ ਦੀ ਮੈਂ ਸਮਝਦਾ ਹੈਗਾ ਕਿ ਉਹਨਾਂ ਦੀ ਇੱਕ ਇਹ ਸੰਜੀਦਗੀ ਦਰਸਾਉਂਦੀ ਹੈ ਇਹ ਗੱਲ ਕਿ ਉਹਨਾਂ ਨੇ ਮੀਟਿੰਗ ਕੀਤੀ ਆ ਔਰ ਉਹ ਚਿੰਤਾ ਕਰ ਰਹੇ ਨੇ। ਸੰਜੀਦਗੀ ਇਹਦੇ 'ਚ ਕੀ ਹੈ ਜੀ, ਮੈਂ ਤੁਹਾਨੂੰ ਥੋੜ੍ਹਾ ਜਿਹਾ ਦੀ ਬੈਕਗਰਾਊਂਡ ਦੱਸਣਾ ਚਾਹੁੰਦਾ ਹਾਂ, ਮੈਂ ਭੁੱਲ ਗਿਆ ਸੀ ਇਹ ਗੱਲ ਕਰਨੀ ਕਿ ਇਸ ਤੋਂ ਪਹਿਲਾਂ ਹਰਿਆਣਾ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਸੀ ਕਿ ਹਰਿਆਣੇ ਦੇ ਨੌਜਵਾਨ ਜਿਹੜੇ ਹੈਗੇ ਆ ਉਹ ਨਸ਼ੇ ਤੋਂ ਬਚੇ ਹੋਏ ਆ ਔਰ ਅਸੀਂ ਕਬੱਡੀ ਵਰਗੀਆਂ ਖੇਡਾਂ ਜਾਂ ਘੋਲਾਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਉਹ ਜਿਹੜੇ ਆ ਦਮਖਮ ਦਿਖਾ ਰਹੇ ਆ। ਪਰ ਪਿੱਛੇ ਜਿਹੇ ਇੱਕ ਰਿਪੋਰਟ ਆਈ ਜਿਹਨੇ ਹਿਲਾ ਕੇ ਰੱਖ ਦਿੱਤਾ ਕਿ ਹਰਿਆਣੇ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ ਉੱਥੇ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਆ ਔਰ ਉਸ ਤੋਂ ਬਾਅਦ ਇਹ ਸਰਕਾਰ ਜਿਹੜੀ ਹਰਕਤ ਵਿੱਚ ਆਈ। ਇਸੇ ਤਰ੍ਹਾਂ ਹਿਮਾਚਲ ਦੀ ਰਿਪੋਰਟ ਦੱਸਦੀ ਹੈ, ਇਸੇ ਤਰ੍ਹਾਂ ਰਾਜਸਥਾਨ ਦੀ ਰਿਪੋਰਟਾਂ ਆ ਰਹੀਆਂ। ਸੋ ਇਹਨਾਂ ਨੂੰ ਇਹੋ ਜਿਹੀਆਂ ਰਿਪੋਰਟਾਂ ਤੋਂ ਬਾਅਦ ਇਹਨਾਂ ਦੀ ਜਾਗ ਖੁੱਲ੍ਹੀ ਹੈ ਔਰ ਇਹ ਮਜਬੂਰ ਹੋਏ ਆ, ਸੰਜੀਦਗੀ ਨਹੀਂ ਹੈ, ਇਹ ਮਜਬੂਰੀ ਹੈ, ਇਹਨਾਂ ਨੂੰ ਮਜਬੂਰੀ ਵਿੱਚ ਆਉਣਾ ਪਿਆ ਹੈ। ਮਦਨਦੀਪ ਜੀ, ਮੈਂ ਸਮਝਦਾ ਜਿੱਥੋਂ ਤੱਕ ਵੱਖ ਵੱਖ ਸੂਬਿਆਂ ਦੇ ਇਕੱਠੇ ਹੋਣ ਦਾ ਸਵਾਲ ਹੈ ਜੀ, ਉਹ ਤਾਂ ਉਹਦੀ ਜ਼ਰੂਰਤ ਨਹੀਂ ਹੈ, ਉਹ ਬਿਲਕੁਲ ਵੀ ਬੇਮਾਇਨੇ ਆ ਜੀ। ਇਹ ਠੀਕ ਹੈ ਕਿ ਇਸ਼ੂ ਸੀਰੀਅਸ ਹੈਗਾ, ਸਾਰੇ ਸਟੇਟ ਇਹਦੇ ਨਾਲ ਪ੍ਰਭਾਵਿਤ ਹੈ, ਉੱਥੇ ਤੱਕ ਤਾਂ ਠੀਕ ਹੈ ਜੀ, ਲੇਕਿਨ ਇਹ ਕੋਈ ਇਹਨਾਂ ਦੇ ਹੱਥ ਦੇ ਵਿੱਚ ਇਹੋ ਜਿਹਾ ਕੋਈ ਗੈਂਗ ਨਹੀਂ ਹੈਗਾ ਜਿਹੜਾ ਕਿ ਦੌੜ ਜਾਏਗਾ ਤੇ ਤੁਹਾਡੀ ਹੈਲਪ ਦੀ ਲੋੜ ਹੈ, ਤੁਸੀਂ ਆਪਣਾ ਆਪਣਾ ਸੂਬਾ ਸੰਭਾਲੋ ਤੇ ਸਮੱਸਿਆ ਆਪਣੇ ਆਪ ਹੱਲ ਹੋ ਜਾਏਗੀ। ਲੇਕਿਨ ਮੈਂ ਤੁਹਾਨੂੰ ਫਿਰ ਮੁੜ ਘਿੜ ਕੇ ਆਪਣਾ ਉੱਥੇ ਆਉਣਾ ਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਜਦੋਂ ਸੰਵਿਧਾਨ ਲਿਖਿਆ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਲਟੀਮੇਟਲੀ ਤਾਂ ਅਸੀਂ ਸੰਵਿਧਾਨ ਦੀ ਅਗਰ ਇੰਪਲੀਮੈਂਟੇਸ਼ਨ ਕਰ ਦਈਏ ਤਾਂ ਕੋਈ ਵੀ ਸਮੱਸਿਆ ਰਹਿ ਨਹੀਂ ਜਾਏਗੀ। ਸੰਵਿਧਾਨ ਜਦੋਂ ਉਹਨਾਂ ਨੇ ਲਿਖਿਆ ਔਰ ਸੌਂਪ ਦਿੱਤਾ ਤੇ ਲਾਗੂ ਹੋ ਗਿਆ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਇੱਕ ਗੱਲ ਕਹੀ ਕਿ ਸੰਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ ਜੇਕਰ ਉਹਨੂੰ ਇੰਪਲੀਮੈਂਟ ਕਰਨ ਵਾਲੇ ਲੋਕ ਚੰਗੇ ਨਾ ਹੋਏ, ਬਦਨੀਤੇ ਹੋਏ, ਤਾਂ ਚੰਗੇ ਤੋਂ ਚੰਗਾ ਸੰਵਿਧਾਨ ਵੀ ਮਾੜਾ ਸਾਬਤ ਹੋਏਗਾ। ਤੇ ਜੇ ਸੰਵਿਧਾਨ ਮਾੜਾ ਵੀ ਲਿਖਿਆ ਗਿਆ ਹੋਵੇ ਤੇ ਜੇ ਉਹਨੂੰ ਇੰਪਲੀਮੈਂਟ ਕਰਨ ਵਾਲੇ ਲੋਕ ਚੰਗੇ ਹੋਏ ਤਾਂ ਮਾੜੇ ਤੋਂ ਮਾੜਾ ਸੰਵਿਧਾਨ ਵੀ ਚੰਗਾ ਸਾਬਤ ਹੋਏਗਾ। ਆਪਾਂ ਇਹਨੂੰ ਸਰਲਤਾ ਦੇ ਨਾਲ ਸਮਝਾਉਣਾ ਹੋਵੇ, ਸਰਲ ਅਰਥਾਂ 'ਚ ਸਮਝਾਉਣਾ ਹੋਵੇ ਤਾਂ ਪੰਜਾਬ ਦੇ ਅੰਦਰੋਂ ਤੁਹਾਨੂੰ ਨਸ਼ੇ ਨੂੰ ਖਤਮ ਕਰਨ ਵਾਸਤੇ ਕੁਛ ਸੰਭਾਵਨਾਵਾਂ ਨਜ਼ਰ ਆ ਰਹੀਆਂ ਜਾਂ ਕਿਵੇਂ ਨਸ਼ਾ ਖਤਮ ਕੀਤਾ ਜਾ ਸਕਦਾ ਹੈ? ਦੇਖੋ ਇਹਦੇ ਵਿੱਚ ਮੈਂ ਮਦਨਦੀਪ ਜੀ ਇਹ ਸਮਝਦਾ ਹੈਗਾ ਕਿ ਇਹਨੂੰ ਖਤਮ ਕੀਤਾ ਜਾ ਸਕਦਾ ਆ, ਲੇਕਿਨ ਇਹਦੇ ਵਾਸਤੇ ਇੱਕੋ ਚੀਜ਼ ਦੀ ਲੋੜ ਹੈ, ਉਹ ਹੈ ਪੋਲੀਟੀਕਲ ਵਿਲ। ਅੱਛਾ, ਜੇ ਸਾਡੀ ਵਿਲ ਨਹੀਂ ਹੈ ਤਾਂ ਫਿਰ ਚੰਗੇ ਤੋਂ ਚੰਗਾ, ਇਮਾਨਦਾਰ ਤੋਂ ਇਮਾਨਦਾਰ ਅਫਸਰ ਵੀ ਕੰਮ ਨਹੀਂ ਕਰ ਸਕਦਾ। ਤੇ ਜੇ ਅਸੀਂ ਚਾਹੁੰਦੇ ਹਾਂ, ਜਿਵੇਂ ਅਸੀਂ ਕਰਪਸ਼ਨ ਖਤਮ ਕਰਨੀ ਚਾਹੁੰਦੇ ਹਾਂ ਜਾਂ ਅਸੀਂ ਨਸ਼ੇ ਖਤਮ ਕਰਨੇ ਚਾਹੁੰਦੇ ਹਾਂ ਜਾਂ ਅਸੀਂ ਹੋਰ ਗੁੰਡਾਗਰਦੀ ਖਤਮ ਕਰਨੀ ਚਾਹੁੰਦੇ ਹਾਂ, ਤਾਂ ਇਹ ਸੰਭਵ ਤਾਂ ਹੀ ਹੈ। ਜੇ ਦੇਖੋ, ਮੈਂ ਕਿਸੇ ਦੀ ਪ੍ਰੇਜ਼ ਨਹੀਂ ਕਰਦਾ, ਜਦੋਂ ਮਾਇਆਵਤੀ ਮੁੱਖ ਮੰਤਰੀ ਬਣੀ ਸੀ ਯੂਪੀ ਦੇ ਵਿੱਚ ਤਾਂ ਸਾਰੇ ਗੁੰਡੇ ਛੱਡ ਕੇ ਕਿਉਂ ਭੱਜ ਗਏ, ਕਿਉਂ ਗੁੰਡਾਗਰਦੀ ਖਤਮ ਹੋ ਗਈ, ਲਾ ਐਂਡ ਆਰਡਰ ਠੀਕ ਹੋ ਗਿਆ? ਕਿਉਂਕਿ ਉਹਨਾਂ ਨੂੰ ਪਤਾ ਸੀਗਾ ਜਿੱਥੇ ਜਿਸ ਜ਼ਿਲ੍ਹੇ ਦੇ ਵਿੱਚ ਗੁੰਡਾਗਰਦੀ ਹੁੰਦੀ ਸੀ ਉੱਥੇ ਦਾ SSP ਔਰ ਉੱਥੇ ਦਾ DC ਠਾ ਕਰਕੇ ਸਸਪੈਂਡ ਕਰ ਦਿੰਦੀ ਸੀ। ਆਪਣੀ ਨੌਕਰੀ ਬਚਾਉਣ ਵਾਸਤੇ ਅਫਸਰ ਦੌੜੇ ਫਿਰਦੇ ਸੀ। ਔਰ ਇਹੀ ਜਦ ਤੱਕ ਡਰ ਨਹੀਂ ਹੈ, ਜਿਹੜਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ ਕਿ ਡਰ ਦੇ ਵਿੱਚ ਹੀ ਆਪਣਾ ਸਾਰਾ ਆਕਾਸ਼ ਬ੍ਰਹਿਮੰਡ ਘੁੰਮਦਾ ਆ, ਤੇ ਜੇ ਡਰ ਨਾ ਰਹੇ
ਤਾਂ ਫਿਰ ਤਾਂ ਘਰ ਦਾ ਆਪਣਾ ਪਰਿਵਾਰ ਨਹੀਂ ਕਾਬੂ ਹੁੰਦਾ ਤੇ ਨਸ਼ੇ ਕਾਬੂ ਨਹੀਂ ਹੋ ਸਕਦੇ। ਜੇ ਅਸੀਂ ਵਿਲ ਪਾਵਰ ਦਿਖਾਵਾਂਗੇ, ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਮੌਜੂਦਾ ਸਰਕਾਰ ਜਾਂ ਪਿਛਲੀ ਸਰਕਾਰ ਜਾਂ ਜਿਹੜੀ ਸਰਕਾਰ ਵੀ ਪੰਜਾਬ 'ਚ ਆਈ ਹੈ, ਉਹ ਖੁਦ ਨਹੀਂ ਚਾਹੁੰਦੇ ਸੀ ਕਿ ਨਸ਼ੇ ਖਤਮ ਹੋਣ। ਮੈਂ ਇਹ ਨਹੀਂ ਕਿਹਾ ਹੈਗਾ ਕਿ ਉਹ ਖੁਦ ਨਹੀਂ ਸੀ ਚਾਹੁੰਦੇ, ਲੇਕਿਨ ਜਿਹੜਾ ਅਸੀਂ ਕੰਮ ਕਰਨਾ ਹੈਗਾ, ਦੇਖੋ ਮੈਂ ਬਤੌਰ 4 ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਰਿਹਾ, ਜਦੋਂ ਜਿਹੜਾ ਕੰਮ ਕਰਾਉਣਾ ਹੁੰਦਾ ਹੈਗਾ ਉਹਨੂੰ ਬੜਾ ਕਲੀਅਰ ਟਰਮਸ ਦੇ ਵਿੱਚ ਆਪਣੇ ਅਫਸਰਾਂ ਨੂੰ ਹਦਾਇਤ ਦੇਣੀ ਪੈਂਦੀ ਹੈ। ਔਰ ਮੈਂ ਬਤੌਰ ਤੁਹਾਨੂੰ ਆਪਣੇ ਚਾਰ ਜ਼ਿਲ੍ਹਿਆਂ ਜਦੋਂ ਤੁਸੀਂ ਡੀਸੀ ਰਹੇ ਸੀ, ਉਦੋਂ ਸਰਕਾਰ ਸੀ ਅਕਾਲੀ ਦਲ ਦੀ ਜੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀਗੇ, ਉਹਨਾਂ ਵੱਲੋਂ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਹੁਕਮ ਹੋਏ ਸੀ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਹੈਗੇ ਆ ਇਹਨੂੰ ਖਤਮ ਕਰੋ? ਨਹੀਂ, ਉਸ ਵੇਲੇ ਤਾਂ ਇਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਸੀ ਹੋਈ, ਪਰ ਜਦੋਂ ਮੈਂ ਬਤੌਰ ਸੈਕਟਰੀ ਪ੍ਰਿੰਸੀਪਲ ਸੈਕਟਰੀ ਸੀਗਾ ਔਰ 2013 ਦੇ ਵਿੱਚ ਕਾਫੀ ਇਹ ਇੱਕ ਵਾਰੀ ਬਹੁਤ ਜ਼ਿਆਦਾ ਪਬਲਿਕ ਹਿਊ ਐਂਡ ਕ੍ਰਾਈ ਹੋਈ ਸੀ, ਤਾਂ ਉਹਨਾਂ ਨੇ ਇੱਥੋਂ ਆਪਣਾ ਚੰਡੀਗੜ੍ਹ ਤੋਂ ਕੁਛ ਸੈਕਟਰੀ ਰੈਂਕ ਦੇ ਅਫਸਰ, ਕੁਛ ਆਪਣਾ ਸੀਨੀਅਰ ਪੁਲਿਸ ਅਫਸਰ, IG DIG ਰੈਂਕ ਦੇ ਦੋ ਅਫਸਰਾਂ ਦੀਆਂ ਟੀਮਾਂ ਬਣਾਈਆਂ ਔਰ 10-10 ਦਿਨ ਉਹਨਾਂ ਨੂੰ ਆਪਣਾ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਸੀਗਾ ਤੇ ਉਹਨਾਂ ਨੇ ਫਿਰ ਆਪਣੀ ਆਪਣੀ ਰਿਪੋਰਟ ਵੀ ਸਬਮਿਟ ਕੀਤੀ ਸੀ ਕਿ ਸਾਡਾ ਕੀ ਆਪਣੇ ਜਿੱਥੇ ਉਹ ਆਪਣਾ ਬਹੁਤ ਸਾਰੇ ਮੈਚਿਓਰ ਪੋਲੀਟੀਸ਼ੀਅਨ ਸੀਗੇ ਉਹਨਾਂ ਦਾ, ਲੇਕਿਨ ਉਹਨਾਂ ਦਾ ਸੋਫਟ ਕਾਰਨਰ ਵੀ ਰਹਿੰਦਾ ਸੀਗਾ ਕਈ ਗੱਲਾਂ ਪ੍ਰਤੀ, ਤੇ ਮੈਂ ਸਮਝਦਾ ਹੈਗਾ ਕਿ ਇਹਦੇ ਵਾਸਤੇ ਜਿਹੜੇ ਨਸ਼ੇ ਖਤਮ ਕਰਨੇ, ਜੇ ਕਿਉਂਕਿ ਆਪਾਂ ਨਸ਼ਿਆਂ ਬਾਰੇ ਗੱਲ ਕਰ ਰਹੇ ਹਾਂ, ਤਾਂ ਇੱਕ ਆਇਰਨ ਵਿਲ ਚਾਹੀਦੀ ਹੈ ਕਿ ਨੋ ਕੰਪਰੋਮਾਈਜ਼, ਜ਼ੀਰੋ ਟੋਲਰੈਂਸ। ਅੱਜ ਵੀ ਜਿਹੜੇ ਹੈਗੇ ਆ, ਭਾਵੇਂ ਨਸ਼ੇ ਦਾ ਵਪਾਰ ਹੈ, ਭਾਵੇਂ ਰੇਤੇ ਦਾ ਵਪਾਰ ਹੈ, ਭਾਵੇਂ ਚਿੱਟੇ ਦਾ ਵਪਾਰ ਹੈ, ਕਿਤੇ ਨਾ ਕਿਤੇ ਦਾ ਕਿਸੇ ਨਾ ਕਿਸੇ ਦੀ ਤਾਂ ਸਰਪ੍ਰਸਤੀ ਹੈ। ਜੇ ਜਦੋਂ ਤੱਕ ਇਹ ਸਰਪ੍ਰਸਤੀ ਨਹੀਂ ਟੁੱਟਦੀ, ਐਂਡ ਆਈ ਥਿੰਕ ਦੈਟ ਦ CM ਸ਼ੁੱਡ ਨੋ ਇਟ ਕਿ ਕਿਹੜਾ ਬੰਦਾ ਹੈ ਜਿਹੜਾ ਸਰਪ੍ਰਸਤੀ ਦੇ ਰਿਹਾ ਹੈ। ਜਿਹੜਾ ਸਰਪ੍ਰਸਤੀ ਦੇ ਰਿਹਾ ਹੈ, ਜਦੋਂ ਤੱਕ ਉਹਨੂੰ ਖਤਮ ਨਹੀਂ ਕੀਤਾ ਜਾਏਗਾ, ਉਦੋਂ ਤੱਕ ਕੋਈ ਨਾ ਨਸ਼ਾ ਬੰਦ ਹੋਣਾ, ਨਾ ਰੇਤ ਮਾਫੀਆ ਬੰਦ ਹੋਣਾ, ਨਾ ਚਿੱਟਾ ਬੰਦ ਹੋਣਾ ਹੈ। ਇਹ ਸਿਸਟਮ ਚੱਲਦਾ ਹੀ ਰਹਿਣਾ ਹੈਗਾ। ਪੋਲੀਟੀਕਲ ਵਿਲ ਪਾਵਰ ਜਿਹੜੀ ਹੈਗੀ ਹੈ, ਟੌਪ ਤੋਂ ਸ਼ੁਰੂ ਹੋਣੀ ਚਾਹੀਦੀ। ਇਹ ਬੜੀ ਇਹਨਾਂ ਨੇ ਇੱਕ ਗੱਲ ਨਵੀਂ ਇੱਕ ਚਰਚਾ ਦਾ ਵਿਸ਼ਾ ਜਿਹੜਾ ਹੈਗਾ, ਹਾਲਾਂਕਿ ਨਵੀਂ ਨਹੀਂ ਹੈ, ਪੁਰਾਣੀ ਚਰਚਾ ਜਿਹੜੀ ਗੱਲ ਕਰਦੇ ਆ ਸਰਪ੍ਰਸਤੀ ਦੀ ਗੱਲ ਕਰਦੇ ਆ। ਇਹ ਅਕਾਲੀ ਦਲ ਦੀ ਸਰਕਾਰ ਵੇਲੇ ਜ਼ਿਆਦਾ ਮਾਮਲਾ ਉੱਠਿਆ ਸੀ ਸਰਪ੍ਰਸਤੀ ਦਾ, ਕਿ ਅਕਾਲੀ ਦਲ ਦੇ ਵਿੱਚ ਫਲਾਣੇ ਬੰਦੇ ਦੀ ਸਰਪ੍ਰਸਤੀ ਦੇ ਹੇਠ ਜਿਹੜਾ ਨਸ਼ਾ ਵਿਕ ਰਿਹਾ। ਆਪੋਜੀਸ਼ਨ ਉਹ ਤੋਂ ਦੋਸ਼ ਲਾਉਂਦੀ ਸੀ, ਉਸ ਤੋਂ ਬਾਅਦ ਜਿਹੜੀ ਦੋਸ਼ ਲਾਉਣ ਵਾਲੇ ਆਪੋਜੀਸ਼ਨ ਸੀ ਉਹ ਵੀ ਚੁੱਪ ਹੋ ਗਈ, ਉਹ ਕਹਿੰਦੇ ਨਹੀਂ ਨਹੀਂ ਕਿਸੇ ਦੀ ਕੋਈ ਸਰਪ੍ਰਸਤੀ ਨਹੀਂ ਹੈਗੀ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਦੇਖੋ, ਇਹਦੇ ਬਾਰੇ ਬੜਾ ਸਾਫ਼ ਅਤੇ ਸਪੱਸ਼ਟ ਇਹ ਲੋਕ ਸਮਝ ਚੁੱਕੇ ਨੇ ਕਿ ਸਰਕਾਰਾਂ ਦੇ ਨਾਮ ਜ਼ਰੂਰ ਬਦਲੇ ਆ, ਕਿ ਪਹਿਲਾਂ ਅਕਾਲੀ ਸਰਕਾਰ ਸੀ, ਹੁਣ ਕੈਪਟਨ ਦੀ ਸਰਕਾਰ ਹੈ, ਪਰ ਲੋਕ ਇਹ ਮਹਿਸੂਸ ਕਰਦੇ ਆ ਕਿ ਇਹਦੇ ਵਿੱਚ ਚਿਹਰੇ ਬਦਲੇ ਆ, ਬਾਕੀ ਸਾਰਾ ਕੁਝ ਜਿਹੜਾ ਆਪਣਾ ਨਸ਼ਿਆਂ ਦੇ ਵਿੱਚ ਸਰਪ੍ਰਸਤੀ ਹੁਣ ਵੀ ਤੁਸੀਂ ਸਮਝਦੇ ਵੀ ਉਹੀ ਚੱਲ ਰਹੀ? ਬਿਲਕੁਲ, ਲੈਂਡ ਮਾਫੀਆ, ਡਰੱਗ ਮਾਫੀਆ, ਸੈਂਡ ਮਾਫੀਆ, ਜਿੰਨੇ ਵੀ ਮਾਫੀਏ ਨੇ ਨਾ, ਕੇਬਲ ਮਾਫੀਆ, ਇਹ ਫਿਰ ਟਰਾਂਸਪੋਰਟ ਮਾਫੀਆ, ਇਹ ਸਾਰਾ ਉਹੋ ਹੀ ਹੈ ਕੁਝ। ਔਰ ਤੁਸੀਂ ਇਹ ਦੇਖੋ ਕਿ ਇੱਕ ਜ਼ਿਲ੍ਹੇ ਦਾ ਕਮਿਸ਼ਨਰ ਉਸਨੇ ਹੱਥ ਖੜੇ ਕਰ ਦਿੱਤੇ ਔਰ ਈਵਨ ਉਹਨੂੰ ਆਪਣਾ ਅਸਤੀਫਾ ਲਿਖ ਕੇ ਦੇਣਾ ਪਿਆ। ਪਟਿਆਲਾ ਡਿਵੀਜ਼ਨਲ ਕਮਿਸ਼ਨਰ ਸੀ, ਉਹਨੇ ਇਹ ਗੱਲ ਕਹਿ ਦਿੱਤੀ ਕਿ ਮੇਰੇ ਜਿਹੜਾ ਨਾ ਭਰਾ ਦੇ ਘਰ ਦੇ ਅੱਗੇ ਬੱਸਾਂ ਖੜੀਆਂ ਕਰਦੇ ਆ, ਤੇ ਮੈਂ SSP ਨੂੰ ਵੀ ਕਹਿ ਚੁੱਕਾ, DTO ਨੂੰ ਕਹਿ ਚੁੱਕਾ, ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਪਰ ਮੇਰੀ ਨਹੀਂ ਕੋਈ ਮੰਨ ਰਿਹਾ ਤੇ ਹੁਣ ਮੈਂ ਆਪਣਾ ਅਸਤੀਫਾ ਦੇ ਰਿਹਾ। ਤਾਂ ਤੁਸੀਂ ਦੇਖੋ ਕਿ ਜਿੱਥੇ ਏਡੇ ਏਡੇ ਅਫੀਸਰ ਜਿਹੜੇ ਆ ਉਹ ਹੱਥ ਖੜੇ ਕਰ ਜਾਣ ਤੇ ਉੱਥੇ ਆਮ ਲੋਕਾਂ ਦਾ ਕੀ ਹਾਲਾਤ ਹੋਣਗੇ। ਦੂਸਰੀ ਗੱਲ ਇਹ ਆ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਰੈਵੀਨਿਊ ਹੈ ਉਹ ਸਾਰਾ ਹੀ ਸ਼ਰਾਬ ਤੋਂ ਵੱਡਾ ਹਿੱਸਾ ਜਿਹੜਾ, ਤੇ ਹੁਣ ਅੱਜ ਦੇ ਅਖਬਾਰ ਤੁਸੀਂ ਪੜ੍ਹ ਲਓ ਕਿ ਰੇਤਾਂ ਦੀਆਂ ਖੱਡਾਂ ਜਿਹੜੀਆਂ ਉਹ ਮੰਤਰੀ ਕਹਿ ਰਿਹਾ ਹੈ ਸੁੱਖ ਸਰਕਾਰੀਆ ਕਿ 275 ਕਰੋੜ ਰੁਪਏ ਦੇ ਵਿੱਚ ਮੈਂ ਇਹ ਕਰ ਦਿੱਤੀ ਹੈ, ਜਿਹੜੀ ਕਿ 40 ਕਰੋੜ ਤੋਂ ਵੱਧ ਕਦੇ ਆਮਦਨ ਹੋਈ ਨਹੀਂ ਸੀ, ਤੇ ਮੇਰਾ ਟੀਚਾ ਹੈ 300 ਕਰੋੜ ਦਾ। ਤੁਸੀਂ ਇਹ ਦੇਖੋ ਕਿ 300 ਕਰੋੜ ਰੁਪਏ ਦਾ ਟੀਚਾ ਤੇ ਉਹਦੇ ਵਿੱਚ ਕਿੰਨੇ ਵੱਡੇ ਹਿੱਸੇ ਤੇ ਕਿੰਨੇ ਵੱਡਾ ਸਾਰਾ ਕੁਝ ਚੱਲੇਗਾ। ਤਾਂ ਇਹ ਕੀ ਹੈ ਕਿ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣ ਲਈ ਹੁਣ ਸਾਡੇ ਕੋਲ ਬਾਕੀ ਕੀ ਰਹਿ ਗਿਆ? ਪਾਣੀ ਖਤਮ ਹੋ ਗਿਆ, ਉੱਤੇ ਧਰਤੀ ਦੇ ਵਿੱਚ ਖੱਡਾਂ ਬਣਾਉਣ ਵਾਸਤੇ ਕੁਦਰਤੀ ਸੋਮਿਆਂ ਕੀ ਤੁਸੀਂ ਮੈਨੂੰ ਦੱਸੋ ਕਿ ਜਿੰਨੀ ਰੇਤ ਦੀ ਕੁਰਸੀ ਤੇ ਬਹਿਣ ਵਾਲੇ ਬੰਦੇ ਦੁਬਾਰਾ ਮੁੱਖ ਮੰਤਰੀ ਬਣ ਗਏ, ਕੀ ਇੰਨੀ ਲੋੜ ਹੈਗੀ ਹੈ
ਕਿ ਪੰਜਾਬ ਦੇ ਅੰਦਰ ਜਿਹੜਾ ਸੈਂਡ ਮਾਫੀਆ ਹੈ, ਕਰਨਾਟਕ ਦੀ ਮੈਂ ਗੱਲ ਕਰ ਰਿਹਾ ਲਦਰ ਸਾਹਿਬ, ਸੋਨੇ ਦੀ ਕੁਰਸੀ ਤੇ ਬਹਿਣ ਵਾਲੇ ਜਿਹੜੇ ਕੁਦਰਤੀ ਸੋਮਿਆਂ ਤੋਂ ਪੈਸਾ ਕਮਾ ਕੇ ਰੈਡੀ ਬ੍ਰਦਰਸ, ਹਾਂ ਤੇ ਉਹ ਬਰਬਾਦੀ ਹੋ ਰਹੀ ਹੈ ਨਾ। ਤੁਸੀਂ ਦੇਖੋ ਜਿਹੜੀ ਇਹ ਗੱਲ ਕਹਿ ਰਹੇ ਕਿ 300 ਕਰੋੜ ਰੁਪਏ ਦਾ ਟੀਚਾ, ਮਤਲਬ ਕਿ ਤੁਸੀਂ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ, ਪਹਿਲੀ ਗੱਲ ਤਾਂ ਕਿ ਸੜਕਾਂ ਦੇ ਉੱਤੇ ਵੱਡੇ ਵੱਡੇ ਮਾਲ ਤੇ ਸਾਰੀਆਂ ਜ਼ਮੀਨਾਂ ਅਕਵਾਇਰ ਕਰਕੇ ਉਹ ਬਰਬਾਦ ਕਰ ਦਿੱਤੀਆਂ ਗਈਆਂ। ਅੱਜ ਤੁਸੀਂ ਦੇਖੋ ਕਿ ਜਿਹੜੇ ਇੱਧਰ ਡੇਰਾ ਬਸੀ ਜੀਰਕਪੁਰ ਤੇ ਏਟੀਐਸ ਵਰਗੀਆਂ ਵੱਡੀਆਂ ਵੱਡੀਆਂ ਕੰਪਨੀਆਂ, ਉਹਨਾਂ ਨੇ ਸਾਡੀ ਸਾਰੀ ਜ਼ਮੀਨ ਜਿਹੜੀ ਹੈ ਉਹ ਉਹਨਾਂ ਨੇ ਲੈ ਲਈ। ਤਾਂ ਉਹ ਜਿਹੜੇ ਮੁੰਡੇ ਸੀ ਜਿਨ੍ਹਾਂ ਨੇ ਔਡੀਆਂ ਰੱਖੀਆਂ ਸੀ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਸੀ, ਅੱਜ ਉਹਨਾਂ ਦੇ ਮਾਪੇ ਜਿਹੜੇ ਆ ਉਹ ਕੰਗਾਲ ਹੋ ਗਏ, ਕਿਉਂਕਿ ਪੈਸਾ ਜਿਹੜਾ ਹੈ ਜਿੰਨਾ ਵੀ ਤੁਹਾਡੇ ਕੋਲ ਹੋਵੇਗਾ ਜੇ ਉਹਦੀ ਦੁਰਵਰਤੋਂ ਹੋਵੇਗੀ ਤਾਂ ਉਹ ਬਰਬਾਦ ਹੋ ਜਾਏਗਾ। ਤਾਂ ਉਹ ਜਿਹੜਾ ਸਾਰਾ ਕੁਝ ਇਹ ਸਾਡੇ ਨਿਤਮਰਾ ਜੀਵਨ ਦੇ ਉੱਤੇ ਬੜਾ ਮਾੜਾ ਪ੍ਰਭਾਵ ਪਾਇਆ ਜਾ ਰਿਹਾ ਔਰ ਸਾਨੂੰ ਲਾਚਾਰ ਕੀਤਾ ਜਾ ਰਿਹਾ, ਸਾਨੂੰ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਮੈਂ ਤਾਂ ਇਹਨੂੰ ਕਹਾਂਗਾ ਕਿ ਜਿਹੜਾ ਨਸ਼ੇ ਆ ਨਾ ਇਹ ਪ੍ਰੋਕਸੀ ਵਾਰ ਹੈ, ਇੱਕ ਤਰ੍ਹਾਂ ਦੀ ਪ੍ਰੋਕਸੀ ਵਾਰ ਕਿ ਇੱਕ ਜੇ ਤੁਸੀਂ ਦੂਸਰੇ ਤਰੀਕੇ ਨਾਲ ਨਹੀਂ ਤੇ ਇਸ ਤਰੀਕੇ ਨਾਲ ਮਾਰ ਦਿਓ, ਨਸ਼ਿਆਂ ਦੇ ਨਾਲ ਮਾਰ ਦਿਓ ਬੱਚਿਆਂ ਨੂੰ। ਤੇ ਤੁਸੀਂ ਦੇਖੋ ਕਿ ਬੱਚੇ ਕਈ ਇਹੋ ਜਿਹੇ ਅੱਗੇ ਆਣ ਕੇ ਕਹਿੰਦੇ ਪਏ ਨੇ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ। ਜਿਹੜੇ ਡਰੱਗ ਸੈਂਟਰ ਬਣੇ ਹੋਏ ਨੇ ਜਿੱਥੇ ਨਸ਼ਾ ਛਡਾਊ ਕੈਂਪ ਜਿਹੜੇ ਆ, ਉਹਨਾਂ ਕੈਂਪਾਂ ਦੇ ਹਾਲਾਤ ਤੁਸੀਂ ਦੇਖੋ, ਜਿਵੇਂ CIA ਸਟਾਫ ਹੁੰਦਾ ਉੱਥੇ, ਇੰਨੀ ਕੁ ਗੁੰਡਾਗਰਦੀ ਉਹ ਕਰਦੇ ਆ ਕਿ ਇੱਕ ਇੱਕ ਬੱਚੇ ਦੇ ਮਾਪਿਆਂ ਦੇ ਕੋਲੋਂ ਉਹ ਇੱਕ ਇੱਕ ਮਹੀਨੇ ਦਾ 25 ਤੋਂ ਲੈ ਕੇ 40 ਹਜ਼ਾਰ ਰੁਪਇਆ ਲੈ ਰਹੇ ਆ। 2 ਮਿੰਟ ਰਹਿ ਗਏ ਆ, ਤੁਸੀਂ ਆਪਣੇ ਵੱਲੋਂ ਜਿਹੜਾ ਤੁਹਾਡਾ ਇੱਕ ਤਜਰਬਾ ਹੈ ਅਧਿਕਾਰੀ ਦੇ ਰੂਪ 'ਚ, ਤੁਸੀਂ ਇਸ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਅੰਦਰੋਂ ਕਿਸ ਤਰ੍ਹਾਂ ਦੇ ਕਦਮ ਚੁੱਕਣ ਦੀ ਸਲਾਹ ਦੇਵੋਗੇ? ਮਦਨਦੀਪ ਜੀ, ਦੇਖੋ ਇਸ ਤਰ੍ਹਾਂ ਹੈਗਾ ਕਿ ਸ਼ਾਰਟ ਟਰਮ ਅਤੇ ਲੌਂਗ ਟਰਮ ਜੀ ਦੋ ਤਰ੍ਹਾਂ ਦੀਆਂ ਪੋਲਿਸੀ ਚਾਹੀਦੀਆਂ ਹੈਗੀਆਂ ਜੀ। ਪੰਜਾਬ ਇੰਡੀਆ ਟੂਡੇ ਦੀ ਰਿਪੋਰਟ ਹੈ ਕਿ 2015-16 ਤੱਕ 1,36,366 ਕਰੋੜ ਰੁਪਏ ਦਾ ਕਰਜ਼ਾ ਆ ਪੰਜਾਬ ਤੇ, ਔਰ ਅੱਜ ਦੇ ਦਿਨ ਦੇ ਵਿੱਚ ਉਹਦਾ ਇੰਟਰਸਟ ਵਗੈਰਾ ਪੈ ਕੇ 2 ਲੱਖ ਕਰੋੜ ਤੋਂ ਉੱਪਰ ਹੋ ਗਿਆ ਹੈਗਾ। ਤੋ ਇਹ ਕਰਜ਼ਾ ਚੜਿਆ ਕਿਉਂ ਤੇ ਇਹਨੂੰ ਉਤਾਰਨਾ ਕਿਵੇਂ ਹੈ? ਇਸੇ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲਣਾ ਕਿਵੇਂ ਹੈ? ਸਾਡੀ ਸ਼ਾਰਟ ਟਰਮ ਪਾਲਿਸੀ ਕੀ ਹੈ ਤੇ ਲੌਂਗ ਟਰਮ ਪਾਲਿਸੀ ਕੀ ਹੈ? ਸਾਡੀ ਪਾਲਿਸੀ ਪੰਜਾਬ ਸਰਕਾਰ ਹੋਵੇ ਚਾਹੇ ਕੋਈ ਸਰਕਾਰ ਹੋਵੇ, ਇਹ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਹ ਇਲੈਕਸ਼ਨ ਜਿੱਤਣਾ ਹੈਗਾ ਤੇ ਅਸੀਂ ਫਿਰ ਇਸ ਤੋਂ ਬਾਅਦ ਜਿੱਤੀਏ ਜਾਂ ਹਾਰੀਏ, ਕੁਛ ਨਹੀਂ ਹੈ। ਤਾਂ ਸਰਕਾਰ ਤੇ ਬਿਊਰੋਕਰੇਸੀ ਵੀ ਸਰਕਾਰ ਦਾ ਹੀ ਹਿੱਸਾ ਆ, ਇਹਨਾਂ ਦਾ ਇੱਕ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲਣਾ ਕਿਵੇਂ ਹੈ, ਉਹਨਾਂ ਨੂੰ ਐਜੂਕੇਟ ਕਿਵੇਂ ਕਰਨਾ ਹੈ, ਉਹਨਾਂ ਦੀ ਹੈਲਥ ਦਾ ਖਿਆਲ ਕਿਵੇਂ ਰੱਖਣਾ ਹੈਗਾ। ਸਾਨੂੰ ਆਪਣਾ ਇਹਦੇ ਵਾਸਤੇ ਬੈਠ ਕੇ ਬ੍ਰੇਨ ਸਟੋਰਮਿੰਗ ਕਰਨੀ ਪਏਗੀ। ਬਿਲਕੁਲ, ਜਿਹੜੇ ਬੁੱਧੀਜੀਵੀ ਆ ਉਹਨਾਂ ਦੀ ਰਾਏ ਲੈਣੀ ਪਏਗੀ, ਬੈਠ ਕੇ ਇੱਕ ਸਟ੍ਰੈਟਜੀ ਬਣਾਉਣੀ ਪਏਗੀ। ਸਾਡੀ ਚੀਜ਼ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਸਾਡਾ ਆਪਣਾ ਸੂਬਾ ਇੰਨਾ ਖੁਸ਼ਹਾਲ ਹੈ, ਇੰਨਾ ਸਾਡੇ ਕੁਦਰਤੀ ਸੋਮੇ ਆ, ਅਸੀਂ ਉਹਨਾਂ ਨੂੰ ਬਚਾਉਣਾ। ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਬੁੱਧੀਜੀਵੀਆਂ ਤੋਂ ਸਲਾਹ ਲੈ ਕੇ ਜੀ ਤੇ ਕੋਈ ਜਿਹੜੀ ਹੈਗੀ ਹੈ ਇਹਦੇ ਚ ਦੋਨੋਂ ਤਰ੍ਹਾਂ ਦੀ ਨੀਤੀ ਅਖਤਿਆਰ ਕਰਨੀ ਚਾਹੀਦੀ ਹੈ, ਥੋੜੇ ਸਮੇਂ ਦੀ ਵੀ ਤੇ ਲੰਬੇ ਸਮੇਂ ਦੀ ਵੀ। ਥੋੜੇ ਸਮੇਂ ਵਿੱਚ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਸ ਸਥਿਤੀ ਨੂੰ ਕਾਬੂ ਕਰਨਾ ਤਾਂ ਕਿ ਨੌਜਵਾਨਾਂ ਨੂੰ ਮੌਤ ਤੋਂ ਬਚਾਇਆ ਜਾ ਸਕੇ, ਤੇ ਲੰਬੀ ਜਿਹੜੀ ਨੀਤੀ ਰਣਨੀਤੀ ਹੈਗੀ ਹੈ ਜਾਂ ਲੰਬੀ ਜਿਹੜੀ ਨੀਤੀ ਬਣਾਉਣੀ ਹੈ ਲੰਬੇ ਸਮੇਂ ਦੀ, ਉਹਦੇ ਵਿੱਚ ਅੱਗੇ ਕਿਵੇਂ ਮਤਲਬ ਉਹਨਾਂ ਤੋਂ ਬਚਾਉਣਾ, ਦੁਬਾਰਾ ਉਹ ਨਸ਼ੇ 'ਚ ਨਾ ਪੈਣ। ਸੋ ਅਸੀਂ ਯਤਨ ਕੀਤਾ ਜੀ, ਇੱਕ ਸਾਰਥਕ ਯਤਨ ਸੀ ਸਾਡਾ ਵੀ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ, ਔਰ ਇਸ ਮੈਨੂੰ ਲੱਗਦਾ ਕਿ ਅਸੀਂ ਇਹ ਗੱਲਬਾਤ ਬਹੁਤ ਸਾਰਥਕ ਕੀਤੀ, ਔਰ ਤੁਹਾਨੂੰ ਵੀ ਲੱਗਦਾ ਹੋਵੇ ਤਾਂ ਤੁਸੀਂ ਆਪਣੇ ਵਿਚਾਰ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਜ਼ਰੂਰ ਦੇਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ।